ਤੁਹਾਡਾ ਧੱਕਾ ਹੋਇਆ ਫਿਰ ਵੀ ਧੱਕੇ ਨਾਲ ਸਿੱਧੂ ਮੂਸੇਵਾਲਾ ਲੈ ਗਿਆ ਸੀਟ ਤੁਹਾਡੇ ਕੋਲ ਹੋ ਕੇ ਲਿਖਿਆ ਉਹਨੇ ਪਾਇਆ ਸੀਗਾ ਜਿਸ ਦਿਨ ਟਿਕਟ ਆਈ ਆ ਉਦੋਂ ਕਾਫੀ ਬੰਦਿਆਂ ਨੇ ਮੈਨੂੰ ਟੈਗ ਕਰ 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 ਉਹ ਮੈਂਟਲ ਲੋਕ ਹੈ ਨਾ ਮੈਂਟਲ ਪਾਗਲ ਲੋਕ ਨੇ ਜਿਵੇਂ ਆਪ ਨੇ ਉਹ ਦੂਜਿਆਂ ਨੂੰ ਸਮਝਦੇ ਨੇ ਮੈਨੂੰ ਕਰ ਕਰ ਟੈਗ ਸਾਡਾ ਚੱਲਦਾ ਇਹ ਧੱਕਾ ਸੀ ਤਾਂ ਕਰਦੇ ਹਾਂ ਉਹਦਾ ਬਿਲਕੁਲ ਧੱਕਾ ਚੱਲਦਾ ਠੀਕ ਹੈ ਉਹਦੇ ਕੋਲ ਤਾਕਤ ਆ ਉਹਦੇ ਕੋਲ ਵੱਡੇ ਲੀਡਰ ਨੇ ਠੀਕ ਹੈ ਉਹਦੇ ਕੋਲ ਪੈਸਾ ਗਾ ਉਹਦੇ ਕੋਲ ਉਹਨੂੰ ਇਹ ਆ ਕਿ ਮੈਂ ਜਿਵੇਂ ਕਲਾਕਾਰ ਲੈਣ ਦੇ ਵਿੱਚ ਧੱਕਾ ਕੀਤਾ ਉਵੇਂ ਮੇਰਾ ਇੱਥੇ ਚੱਲੂ ਠੀਕ ਹੈ ਉਹ ਟਿਕਟ ਲੈ ਕੇ ਆਇਆ ਟਿਕਟ ਉਹ ਲੈ ਗਿਆ ਹਾਈ ਕਮਾਂਡ ਤੋਂ ਠੀਕ ਆ ਉਹਦਾ ਧੱਕਾ ਉੱਥੇ ਚੱਲ ਗਿਆ ਉਹਦਾ ਧੱਕਾ ਮੇਰੀ ਹਾਈ ਕਮਾਂਡ 'ਤੇ ਚੱਲ ਗਿਆ ਠੀਕ ਹੈ ਮੇਰੇ ਲੀਡਰਾਂ 'ਤੇ ਚੱਲ ਗਿਆ ਲਾ ਲਓ ਮੈਂ ਤਾਂ ਉੱਧਰ ਮੰਨੂ ਜਿੱਦਣ ਮੇਰੇ 'ਤੇ ਹੱਥ ਮਾਰ ਕੇ ਭੱਜਿਆ ਮੈਂ ਸੁਣਿਆ ਇਹ ਕਹਿੰਦਾ ਹੁੰਦਾ ਵੀ ਪਤਾ ਆਪਣੇ ਦਮ 'ਤੇ ਉੱਠਿਆ ਚਾਚੇ ਮਾਮਿਆਂ ਦੇ ਸਿਰਾਂ 'ਤੇ ਨਹੀਂ ਉੱਠੀਦਾ ਆਪਦੇ ਦਮ 'ਤੇ ਉੱਠੀਦਾ ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਬੰਦੇ ਦੇ ਸੱਜੇ ਹੱਥ ਤੋਂ ਦਾ ਚਾਚਾ ਖੱਬੇ ਹੱਥ ਮਾਮਾ ਮੂਹਰੇ ਮਾਮਿਆਂ ਦੀ ਜਿਪਸੀ ਲਈ ਹੁੰਦੀ ਆ ਜਿੱਦਣ ਦਾ ਇਹ ਚੋਣ ਮੈਦਾਨ 'ਚ ਉਤਰਿਆ ਮਾਮੇ ਮੂਹਰੇ ਹੁੰਦੇ ਨੇ ਖੱਬੇ ਹੱਥ ਚਾਚਾ ਚਾਚੇ ਦੇ ਹੱਥ ਹੁੰਦਾ ਫੋਨ ਠੀਕ ਹੈ ਉਹ ਲੋਕਾਂ ਨੂੰ ਮਿਲਾਉਂਦਾ ਇੱਕ ਪਾਸੇ ਮਾਮਾ ਹੁੰਦਾ ਗਾ ਇਹ ਬੰਦਾ ਜੋ ਗਾਈ ਜਾਂਦਾ ਮਤਲਬ ਕਿ ਇਹਨੂੰ ਇਹ ਨਹੀਂ ਪਤਾ ਮੈਂ ਕੀ ਗਾਤਾ ਅਤੇ ਹੁਣ ਮੈਂ ਕੀ ਕਰ ਰਿਹਾ ਲੀਡਰ ਹੁੰਦੇ ਨੇ ਹੱਕਦਾਰ ਗੋਲੀ ਦੇ ਕਿਹੜੇ ਗਾਣੇ 'ਚ ਕਿਹਾ ਠੀਕ ਹੈ ਮਤਲਬ ਕਿ ਬੜਾ ਇਹਦੇ ਇੱਕੋ ਹੀ ਇਹਨੂੰ ਨਸ਼ਾ ਚੜਿਆ ਹੋਇਆ ਓਨਲੀ ਐਮਐਲਏਸ਼ਿਪ ਨਹੀਂ ਬੰਦਾ ਸੋਚਦਾ ਵੀ ਯਾਰ ਜੋ ਮੈਂ ਸੋਚ ਲਿਆ ਜੋ ਮੈਂ ਲੋਕਾਂ 'ਚ ਪਰੋਤਾ ਠੀਕ ਹੈ ਘੱਟੋ ਘੱਟ ਉਹਦਾ ਰਿਪੀਟ ਨਾ ਕਰਾਂ ਉਹ ਗਲਤੀਆਂ ਤਾਂ ਮੈਂ ਖੁਦ ਨਾ ਕਰਾਂ ਉਹਦਾ ਹੈ ਕੀ ਉਹਦਾ ਵਿਯੂਧ ਕੀ ਉਹਨੇ ਸਮਾਜ ਨੂੰ ਦਿੱਤਾ ਕੀ ਨੌਜਵਾਨੀ ਨੂੰ ਦਿੱਤਾ ਕੀ ਦੇਣਾ ਚਾਹੁੰਦਾ ਉਹ ਅਸੀਂ ਕਿਉਂ ਇਹਨੂੰ ਪੱਲੇ ਪਾਇਆ ਬੰਦੇ ਨੂੰ ਚਲੋ ਹੁਣ ਇਹਨੂੰ ਟਿਕਟ ਦੇ ਦਿੱਤੀ ਇਹਨੂੰ ਲੜਾਉਣ ਠੀਕ ਹੈ ਇਹਨੂੰ ਕਹਿੰਦਾ ਕਰ ਧੱਕਾ ਹੁਣ ਤੂੰ ਲੋਕਾਂ ਨਾਲ ਧੱਕੇ ਨਾਲ ਵੋਟਾਂ ਲੈ ਤੇ ਹੁਣ ਤੂੰ ਧੱਕਾ ਕਰ ਵੋਟਾਂ ਧੱਕੇ ਨਾਲ ਨਹੀਂ ਵੋਟਾਂ ਤਾਂ ਲੋਕ ਉਮੀਦਵਾਰ ਦੇਖ ਕੇ ਦੇਣਗੇ ਧੱਕੇ ਨਾਲ ਕਦੋਂ ਦੇਣਗੇ ਫਿਰ ਹੱਥ ਕਿਉਂ ਬੰਨਦਾ ਉਹ ਫਿਰ ਧੱਕਾ ਕਰੀ ਨਾ ਫਿਰ ਜਸ਼ਪਿੰਦਰ ਸਿੱਧੂ ਮੂਸੇਵਾਲ ਦੇ ਫੈਨ ਬਹੁਤ ਨੇ ਕਰੋੜਾਂ ਵਿੱਚ ਉਹਨਾਂ ਦੇ ਫੈਨ ਨੇ ਫਿਰ ਤੁਸੀਂ ਚਿੱਠੀ ਲਿਖੀ ਹੋਵੇ ਜਾਂ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੇ ਸੋਚਿਆ ਵੀ ਕਰੋੜਾਂ ਫੈਨ ਨੂੰ ਪੂਰੇ ਪੰਜਾਬ 'ਚ ਲੈ ਕੇ ਜਾਈਏ ਪੰਜਾਬ 'ਚ ਲਿਜਾ ਕੇ ਕੰਪੇਨ ਕਰਾਈਏ ਹੋਰ ਵੀ ਸੀਟਾਂ ਜਿੱਤੀਏ ਇਹ ਲੀਡਰਸ਼ਿਪ ਦੇ ਮਨ ਵਿੱਚ ਆਉਂਦੀ ਹੈ ਮੈਂ ਕਹਿੰਦਾ ਇਹਨੂੰ ਨਿਕਲਣਾ ਚਾਹੀਦਾ ਮਾਨਸਾ 'ਚੋਂ ਹੁਣ ਮਾਨਸਾ 'ਤੇ ਜਿੱਤੀ ਪਈ ਇਹਦੀ ਸੀਟ ਮਾਨਸਾ 'ਤੇ ਤਾਂ ਨਾਮ ਹੀ ਬਹੁਤ ਆ ਇਹਦਾ ਫੇਮ ਬਹੁਤ ਆ ਇਹਦੇ ਫੈਨ ਜਿਤਾ ਦੇਣਗੇ ਇਹਨੂੰ ਕੋਨੇ ਕੋਨੇ 'ਚ ਪੰਜਾਬ ਦੇ ਜਾਣਾ ਚਾਹੀਦਾ ਇਹਨੂੰ ਪਤਾ ਲੱਗੇ ਕਿ ਮਿਹਨਤ ਕੀ ਹੁੰਦੀ ਆ ਕਿਵੇਂ ਕਿਵੇਂ ਰੋਟੀ ਬਣਾਈ ਦੀ ਆ ਕਿਵੇਂ ਪਕਾਈ ਦੀ ਆ ਅਤੇ ਕਿਵੇਂ ਖਾਈ ਦੀ ਆ ਕਿਸੇ ਦੀ ਬਣੀ ਬਣਾਈ ਥਾਲੀ ਖਾਣੀ ਅਤੇ ਬਣਾ ਕੇ ਖਾਣੀ 'ਚ ਫਰਕ ਆ ਇਹ ਅੰਤਰ ਇਹ ਹੁਣ ਇਹਨੂੰ ਪਤਾ ਲੱਗਣਾ ਚਾਹੀਦਾ ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੀ ਲੀਡਰਸ਼ਿਪ ਅੱਗੇ ਮੇਰਾ ਹੱਕ ਤਾਂ ਖਾਧਾ ਗਾ ਮੇਰਾ ਤਾਂ ਕਾਮ ਪਰਿਵਾਰ ਦੇ ਮੁੰਡੇ ਦੇ ਨੇ ਹੱਕ ਖਾਧਾ ਗਾ ਜੇ ਹੁਣ ਮੇਰਾ ਹੱਕ ਖਵਾ ਕੇ ਵੀ ਇਹਨੂੰ ਆਪਾਂ ਘਰੇ ਬਿਠਾ ਕੇ ਰੱਖਣਾ ਤਾਂ ਪਹਿਲੀ ਪ੍ਰਾਹੁਣਾ ਕਹਿੰਦਾ ਕਿ ਮੈਂ ਪ੍ਰਾਹੁਣਾ ਗਾ ਠੀਕ ਹੈ ਤੇ ਇਹਨੂੰ ਲੈ ਕੇ ਲੋਕਾਂ 'ਚ ਜਾਓ ਹੁਣ ਤੁਹਾਡੀ ਮਿਹਨਤ ਦਾ ਹੱਕ ਫਿਰ ਲੀਡਰਸ਼ਿਪ ਨੇ ਖੋਲਿਆ ਫਿਰ ਤੁਸੀਂ ਸਿੱਧੂ ਮੂਸੇ ਨੂੰ ਕਹਿੰਦੇ ਵਾਰ ਵਾਰ ਜਾ ਕੇ ਕਿ ਮੇਰੀ ਸੀਟ ਲੈ ਗਏ ਸੀਟ ਤਾਂ ਦਿੱਲੀ ਤੋਂ ਡਿਸਾਈਡ ਹੁੰਦੀ ਹੈ ਕਈ ਲੀਡਰ ਮੇਰੇ ਮੂੰਹ 'ਚ ਤੁਸੀਂ ਉਹਨੂੰ ਸਵਾਲ ਪਾ ਰਹੇ ਹੋ ਵਾਰ ਵਾਰ ਇੱਕ ਦੋ ਲੀਡਰ ਹੁੰਦੇ ਨੇ ਜਿਹੜੇ ਗੁੰਮਰਾਹ ਕਰ ਦਿੰਦੇ ਨੇ ਇਹ ਮੈਂ ਹਮੇਸ਼ਾ ਪੰਜਾਬ ਦੇ ਲੀਡਰ ਗੁੰਮਰਾਹ ਕੀਤਾ ਹੋ ਕਿਸੇ ਨੇ ਕੋਈ ਤਾਂ ਲੀਡਰ ਹੈ ਵਟਸਐਪ ਤੇ ਕਾਲ ਆਉਂਦੀਆਂ ਨੇ ਠੀਕ ਹੈ ਬੜੀਆਂ ਕਾਲਸ ਆਉਂਦੀਆਂ ਨੇ ਕੀ ਕਹਿੰਦੇ ਵਟਸਐਪ ਤੇ ਕਾਲ ਆਉਂਦੀਆਂ ਦਾ ਧਮਕੀਆਂ ਆਨਲਾਈਨ ਨੰਬਰਾਂ ਤੋਂ ਕਹਿੰਦੇ ਕੀ ਧਮਕੀ ਬਈ ਐਂ ਕਰਾਂ ਦਾਂਗੇ ਸੀ ਉਹ ਕਰ ਦਾਂਗੇ ਤੂੰ ਜੇ ਐਨਾ ਕਰਿਆ ਆ ਕਰ ਦਾਂਗੇ ਮਤਲਬ ਕਿ ਜਿੱਦਾਂ ਧਮਕੀ ਹੁੰਦੀ ਆ ਬਹੁਤ ਕੁਝ ਗੰਦੇ ਲਫ਼ਜ਼ ਬੋਲਦੇ ਨੇ ਬੜਾ ਬਲਗਰ ਸ਼ਬਦ ਬੋਲਦੇ ਨੇ ਅਤੇ ਮੈਂ ਇੱਕੋ ਗੱਲ ਕਹਿਣਾ ਹੁੰਦਾ ਮੈਂ ਕਿਹਾ ਬਾਈ ਜੀ ਤੁਸੀਂ ਉਹਨੂੰ ਜਿੱਤਿਆ ਹੋ ਟਿਕਟ ਦਾ ਦਿਵਾਲੀ ਮੇਰੇ 'ਤੇ ਹੁਣ ਵੇਸਟ ਨਾ ਕਰੋ એનર્ਜੀ ਹੁਣ ਉਹਨੂੰ ਜਿੱਤਿਆ ਕੇ ਲੈ ਕੇ ਆਓ ਸਿੱਧੂ ਮੂਸੇਵਾਲ ਹੈਗਾ ਸੀ ਐਮਐਲਏ ਬਣਨ ਦੀ ਦੌੜ ਵਿੱਚ ਉਹ ਤਾਂ ਹੈ ਹੀ ਉਹ ਤਾਂ ਆਈ ਐਮਐਲਏ ਬਣਨ ਮੈਂ ਹਮੇਸ਼ਾ ਕਹਿਣਾ ਉਹ ਤਾਂ ਕਹਿੰਦਾ ਸੀਗਾ ਜੇ ਨਹੀਂ ਟਿਕਟ ਦਿੱਤੀ ਮੈਂ ਆਜ਼ਾਦ ਲੜੂੰ ਜਸ਼ਪਿੰਦਰ ਵੀਰ ਨੂੰ ਤਾਂ ਟਿਕਟ ਕੱਟਤੀ ਮੇਰੀ ਤਾਂ ਮਿਹਨਤ ਵੀ ਖਾ ਲਈ ਮੇਰਾ ਤਾਂ ਉਹ ਹੱਕ ਵੀ ਲੈ ਗਿਆ ਮੈਂ ਤਾਂ ਅੱਜ ਵੀ ਕਹਿਣਾ ਆਜ਼ਾਦ ਜੇ ਸਿੱਧੂ ਮੂਸੇਵਾਲ ਨੇ ਕਿਹਾ ਸੀ ਟਿਕਟ ਨਹੀਂ ਮਿਲੀ ਆਜ਼ਾਦ ਲੜਾਂਗੇ ਤੁਸੀਂ ਲੜੋਗੇ ਯਾਰ ਨਹੀਂ ਉਹਦਾ ਵਿਰੋਧ ਸੀ ਹੈ ਤੇ ਰਹੂਗਾ ਤੁਸੀਂ ਕਰੋਗੇ ਵਿਰੋਧ ਮੇਰੇ ਵੱਲੋਂ ਤਾਂ ਪਹਿਲੇ ਦਿਨ ਤੋਂ ਹੀ ਆ ਸੱਤਾ ਵਿੱਚ ਕੋਈ ਵੀ ਇੱਕ ਜਗ੍ਹਾ 'ਤੇ ਟਿਕਿਆ ਨਹੀਂ ਹੁੰਦਾ ਕੋਈ ਵਿਦਵਾਨ ਕਹਿ ਵੀ ਦਿੰਦੇ ਨੇ ਕੋਈ ਬੁੱਧੀਜੀਵੀ ਕਹਿ ਦਿੰਦੇ ਨੇ ਕਿ ਸੱਤਾ ਲਾਲਚ ਨਾਲ ਚੱਲਦੀ ਹੈ ਜੇ ਸੱਤਾ ਲਾਲਚ ਨਾਲ ਚੱਲਦੀ ਹੈ ਕੀ ਵਾਕਈ ਹੀ ਲੋਕਾਂ ਦਾ ਵੀ ਭਲਾ ਹੁੰਦਾ ਸਭ ਤੋਂ ਅਹਿਮ ਸਵਾਲ ਹੈ ਕਿ ਉਮੀਦਵਾਰ ਸਿਆਸੀ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਵਿਰੋਧ ਹੋ ਰਹੇ ਨੇ ਵਿਰੋਧ ਲਗਾਤਾਰ ਵੱਧਦੇ ਵੀ ਜਾ ਰਹੇ ਨੇ ਕਾਂਗਰਸ ਪਾਰਟੀ ਨੇ 86 ਉਮੀਦਵਾਰ ਉਤਾਰੇ ਨੇ ਜਿਸ ਵਿੱਚ ਕਈ ਸੀਟਾਂ ਦੇ ਉੱਤੇ ਵਿਰੋਧ ਹੋਇਆ ਖਾਸ ਕਰਕੇ ਮੋਗੇ ਦੀ ਸੀਟ ਅਤੇ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਜੋ ਕਿ ਮਾਨਸਾ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਅੱਜ ਗੱਲਬਾਤ ਕਰਾਂਗੇ ਜਸ਼ਪਿੰਦਰ ਚਹਿਲ ਦੇ ਨਾਲ ਜਸ਼ਪਿੰਦਰ ਚਹਿਲ ਲਗਾਤਾਰ ਹੀ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦੇ ਆਏ ਨੇ ਦਾਅਵੇਦਾਰੀ ਠੋਕਦੇ ਸੀ ਸੀਟ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਬਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ
जशपिंदर चहल के हक में रैली की, हिक ठोक के कहा कि जशपिंदर चहल को सीट मिलनी चाहिए है, पर नाम कट्टिया जाता। नाम कट्टन तो बाद जशपिंदर चहल गलबात भी करते ने, गलबात रखते भी ने, पर किसी भी लीडर ने नहीं सुनी। हरजोत कमल जिन्होंने कमल का हाथ फड़िया 2017 के आए थे, कांग्रेस पार्टी च टिकट मिली, जिते सी पर टिकट कट्टी गई। हरजोत कमल ने विरोध करता, चले गए फुल दे नाल, जानकि कमल दे नाल चले गए। जशपिंदर चहल साढ़े नाल ने कि जशपिंदर चहल भी किसी होर सियासी पार्टी में जा रहे हैं, ज इस पार्टी में रह के अपनी लड़ाई लड़नगे, खुद साढ़े नाल मौजूद ने। जशपिंदर जी, बहुत बहुत स्वागत है पंजाब न्यूज़ से। सत श्रीकाल जी, जी आया नूं। पहला मेरा सवाल यही है कि टिकट नहीं मिली, मायूस हो, मन च गुस्सा? नहीं, बिल्कुल देखो दुख लगता, बहुत मेहनत करते हैं आपां, असी लोग अपनी जद्दोजहद करते हैं अपने आप को कामयाब करने, अपनी सोच है जिहड़ी साडी सोच उहनूं लोकां च रखण लई, लोकां दी लड़ाई लड़न लई, हर उस नौजवान की लड़ाई लड़न लई जिहड़ा जजूज रहा मेरी तरह, तो अज मैं ही आप उलझ के रह गया। तो दुख भी है, इह गल दा अफसोस भी है कि मैं जिस हिसाब नाल मैं मेहनत करदा मैं कीती आ उस हिसाब नाल मेरा मुल नहीं पिया। पर कहिंदे आ भी कई चीज़ां परमात्मा ते छड़नियां चाहीदियां ने, उस करके हुण परमात्मा ही जो करूगा इंसाफ उही करूगा। हक विच रैली हुंदी है, कांग्रेस प्रधान यूथ दे बिंदर ढिल्लों तुहाडे हक विच रैली करदे ने, बहुत वड्डी रैली हुंदी है, हिक ठोक के कहिंदे ने जशपिंदर चहल नूं सीट मिलनी चाहीदी है, टिकट मिलनी चाहीदी, नहीं मिली टिकट, गलबात रखी, दोबारा गलबात की किसी लीडर नाल, सिद्धू मूसेवाले ने क्यों टिकट दी, मैनूं क्यों नहीं दी? बिल्कुल गल हुई है, ढिल्लों साहब ने तो हमेशा मेरे लिए किया, मेरे संगठन ने हमेशा मेरी लड़ाई लड़ी है, चाहे वह ढिल्लों साहब की गल करिए चाहे वह कृष्ण जी की गल करिए, लगातार उन्होंने मेरी लड़ाई आखिर तक लड़ी। कई बार पार्टी की मजबूरी बन जाती है, समझदा मैं चलो कितने ना कितने गुमराह की हुई गल्लां सामने आ जाते हैं, ताकतवर इंसान कई बार हावी हो जाते हैं, कई बार हालात इदा के बन जाते हैं। हावी कौन होया? सिद्धू मूसेवाला कि तुहाडे लीडर? सिद्धू मूसेवाला उहदा फेम, उहदा नाम, टिकट तो लीडर दी ना। देखो कितने ना कितने पार्टी ये सोचती है कि जो कोई ताकतवर बंदा जो कोई कमिटमेंट ला लो, जो हो जाती है कोई बड़ी लीडरशिप किसी ने कमिटमेंट कर ले, उस टाइम तो यह भी नहीं पता हालात कि यदि पोजिशन की, पोजिशन बाद हौली हौली पता लगी कि यदि पोजिशन नहीं ठीक है। सो जिहड़े हुण हालात ने वो अज तो महीना पहला नहीं सी उस कलाकार भरा दे ठीक है, पर जदों वो बंदे का एक नाम है, एक पहचान आ, पार्टी ने मन ही बना लिया कि टिकट देनी आ। मैं अपनी लड़ाई लड़नी सी, मेरे संगठन ने मेरे लिए लड़ाई लड़नी सी, बाखूब असी लड़ाई लड़ी आ, तो ठीक है टिकट दिती है उन्हों पार्टी ने, पर मैं समझदा जरूर सोचना चाहिए सी, तो हजे भी समा गा क्योंकि पूरी कांग्रेस विरोध कर रही है इस टाइम, चाहे वह नाजर मानशाहिया हो, चाहे वह गागोवाल परिवार आ, चाहे मैं ला लो जशपिंदर वीर चहल, चाहे कोई होर आ, क्योंकि पहले दिन तो लड़ाई कोई टिकट की नहीं, कोई MLA बन की दौड़ नहीं, एक ही सारे एको गल चाहते हैं कि जो लोगों से विचरदा लोगों खड़ता उन्होंने मौका दो, क्योंकि लोगों की भावनावान जुड़िया होया गा। सो मैं तो अज भी कहना हजे भी समा सोचने का टाइम आ। बिंदर ढिल्लों का फोन आया, कहा उन्होंने जहा गल रखी उन्होंने भी टिकट नहीं मिली कोई ना अगली बार सही, ज अपना डिसीजन आप ले लो की करना है, पार्टी च रहना कि नहीं रहना? नहीं, ढिल्लों साहब नाल मुलाकात भी हुई है, मैं उन्होंने मिलया भी, देखो दुख हुंदा वो भी बड़े दुखी सी इस गल लैके कि मैं जशपिंदर वीर की लड़ाई लड़ी पर इन्हों हक नहीं दवा सकिया, पर उन्होंने वेख के हौसला मिलता मैनू भी ढिल्लों साहब न, कोई फर्क नहीं पैंदा, पार्टी ने मान सम्मान बहुत दिता, टिकट ही दिती है उन्होंने, देती कोई गल नहीं, होर बड़े मेरे लिए रास्ते ने कम इस पार्टी रह के कम कर अपने आप को प्रूफ कर। मैं कोई MLA बन की दौड़ च नहीं सी, मैं पहले दिन तो स्टेजा तो बोल रहा। सिद्धू मूसेवाला हैगा सी MLA बन की दौड़ में? वो तो है ही, वो तो आई MLA बनना, मैं हमेशा कहना, वह तो कहता सीगा जे नहीं टिकट दी मैं आजाद लड़ूँ, जशपिंदर वीर नूं तां टिकट कट्टी, मेरी तो मेहनत भी खा ली, मेरा तो वह हक भी लै गया, मैं तो अज भी कहना आजाद लड़। जे सिद्धू मूसेवाले ने कहा टिकट नहीं मिली आजाद लड़ांगे, तुसीं लड़ोगे आजाद? नहीं, आजाद रह के मैं की शो करना चाहना, आजाद रह के मैं की सुनेहा देना चाहना, आजाद रह के तो देखो ठीक है, एक गल मैं तुहानूं दसना चाहना, उहदा विरोध सी है ते रहूगा। तुसीं करोगे विरोध? मेरे वालों तो पहले दिन तो ही आ, मैं अपनी गल कर रहा,
पार्टी के सरपंच पंच की कर रहे ने हुण उह उन्हां दा फैसला। चुशपिंदर वीर चहल वालों विरोध सी है ते रहूगा, क्यों? मेरी लड़ाई विचारधारा की लड़ाई आ, मेरी लड़ाई एक सोच की लड़ाई आ। मैं हमेशा तो विरोध सिद्धू मूसेवाले का किया, होर दा नहीं मैं किया। अज भी एक महीने के आस पास टाइम पिया इलैक्शन च, आपां किसी नूं भी टिकट दे सकते हैं। अज भी मैं उहदे नाल चलन नूं तैयार हाँ, चाहे वह एम सी आ चाहे वह सरपंच आ। चुशपिंदर वीर नूं टिकट नहीं देनी मेरे च, अगर कोई कमी लगती है, लगता कि चुशपिंदर वीर नहीं गुड परफॉर्मेंस कर सकता, तो जिस कोई भी पार्टी का होर बंदा कोई मेहनत करता अज भी दे देना, सीट जित के कांग्रेस की झोली पैजू। मानसी देनी चाहिए टिकट दे देना, चलोगे नाल ठोक के झंडा फड़ के? सिद्धू मूसे का विरोध क्यों? फिर वही गल, विरोध नहीं, सोच, सोच नहीं मिलती, नहीं मिलती। जो इंसान हंकार के रूप दे विच बोल रहा, टिकट मिलने तो बाद भी बोल रहा कि खड़के दड़के नाल ही मैं कामयाब होया, जो कह रहा है कि इस तो हमेशा विरोध जिते हाँ, जो कह रहा है मेरे तो कांग्रसी याद तक नहीं, कौन चुशपिंदर की आ, वो जो कह रहा जिसनों एक जिला प्रधान यूथ कांग्रेस का नाम नहीं पता, जिसनों बच्चा बच्चा जानता मानसा जिले का, उन्होंने चुशपिंदर बारे नहीं पता, उन्होंने कांग्रेस की सोच बारे नहीं पता, वो की लोगों की लड़ाई लड़ूगा? मेरा जिहड़ा देखो मेरी थान जाके देखो, मेरा एको ही हमेशा एको गल मैं कहना हमेशा कि मेरा सिद्धू नाल कोई निजी वैर नहीं, पर जो एम एल ए बनना है वो गलत गल है, वो तो सिर्फ एम एल ए बनना है। कल उन्हें कॉल की कि आओ भाई मैनू नंबर दो, मैनू आके मिल, मेरे फैनस मेरी मदद कर। की गल मानसा के लोग की मदद नहीं करते? की गल मानसा के लोग उन्होंने नहीं एक्सैप्ट कर रहे? वारलिया की जरूरत पै रही है, क्यों वह वारलिया सद रहा, ड्यूटियां ला रहा, कि उन्होंने भरोसा नहीं साढ़े लोगों पर, कि वो पकड़ नहीं हैगी इस टाइम, लोग एक्सैप्ट नहीं कर रहे, इस करके बहरों लोग बुला रहे हो कंपेन करने लिए। सो कट भी नहीं होया कल, लोग आए भी नहीं, क्योंकि उन्होंने पता लग गया देखो वो सीट खराब हो रही है इस टाइम। बड़ी मेहनत नाल, बड़ी रीझ नाल उस सीट मैं ला लो जो वर्कर ला लो, चाहे वह गागू वाल परिवार आ, मैं इकला उन्हां दे माता जी ने, चाहे नाजर मान शाही आ, चाहे मनजीत चलबूटी आ, चाहे कोई बलविंदर नारंग आ, डॉक्टर राणा, चाहे कोई सरपंच पंच, किसी नूं भी दे दो। चुशपिंदर वीर लड़ाई लड़ू, मेरे मैं लोक हित की लड़ाई लड़नी आ, लोगों की लड़ाई लड़नी, पर उस बंदे लई मैं लड़ाई नहीं लड़ सकता जिहड़ा कहिंदा भी मैं प्राउणा तुहाडा आ गया, तुहानू मैं साला बनाऊंगा, ठीक है, प्रौणा आपका हक लै गया। वो तो हमेशा बयानबाजी इदा की है। हरजोत कमल कि देखते हो, टिकट कटेगी उन्हों की? बहुत एम एल ए सन मोगे तो, उन्होंने बगावत की, बीजेपी चले गए, टिकट मिल गई उन्होंने? देखो सब तो पहली गल तो बहुत माड़ी गल, उन्होंने टिकट कट्टनी लीडरशिप की माड़ी गल, बिल्कुल नहीं कट्टनी चाहिए। देखो लीडरशिप की माड़ी गल है सिद्धू मूसेवाले से भी नहीं, अलग अलग कह रहे हो। हरजोत कमल की टिकट कटी गई तो जिम्मेवार लीडरशिप है, सिद्धू मूसेवाले टिकट दे दी तो जिम्मेवार लीडरशिप नहीं है। मैं उही कारण कहना सिद्धू मूसेवाले का है फेम, उत्थे भी टिकट कटी गई है, वो साड़ी जिहड़ी भैन ज्वाइन कीती है सूद की, मलिका शायद मलिका सूद, मलिक हाँ मलिका सूद सूद, वह कोई फेम नहीं उत्थे। हुण मैनूं इह नहीं समझ आउंदी वो हरजोत कमल की टिकट क्यों कटी है, मैनूं इह नहीं पता लग रहा कि ऐसा की है, जां तां इह वी सोनू सूद खुद लड़ रहा तो मान लीए भी यार एक फेम ने कटाती, वो तो लीडरशिप नू सोचना चाहिए, बिल्कुल सोचना चाहिए घट्टो घट लीडरशिप नू, वो जे टिकट कटी आ कोई फैसला लिया तो उन्होंने मनाउण दा उन्होंने संभालण दा समां सी, संभालना चाहिए सी। ऐसे तरह जे साडे जिहड़े लोकां ने संगठन नू संभालिया, पार्टी नू संभालिया, जो ऐसे तरह भजदे ने तां उन्होंने समा सी रोकन दा, रोक सकते सीगे। जिहड़ी मेरी गल आ, मैं तो जब पार्टी च बनया होया मैं तो खड़ा गा, ठीक है, मेरी तो एक बड़े नामी बंदे ने कटाई आ, जे उत्थे सोनू सूद लड़दा फिर वह सोनू सूद कटाऊंगा। सिद्धू मूसेवाले कहिंदे ने कि टिकट मिल गई, उन्हें विरोध किस चीज़ का? हाईकमान ने टिकट दे दी, हुण किसे विरोध करन दा फायदा ही कोई नहीं, नाल चलो सारे। सोच नहीं मिलती जी, मेरी सोच नहीं मिलती, हो सकता हाईकमांड नूं उह च चंगे गुण लगे होण, हो सकता हाईकमांड नूं, हो सकता मैं गलत होवां, हाईकमांड लई वो सही होवे, उदां दी सोच मिलती होवे, मेरी परसनली सोच नहीं मिल रही। मैं तुहानूं पहले ही दस रहा, एटीट्यूड हंकार और बदमाशी जिहड़ी हैगी आ इह सियासत च नहीं, सियासत समा पालदी आ, कोई भी सेवा वो समा पालदी आ, बने रहना पैंदा लोकां च। इह नहीं हैगा कि इहनूं तुसीं फिल्मी स्टाइल वांगू जिंदगी नूं यूज़ करोगे, फिल्मी स्टाइल वांगू तुसीं आओगे ठोकता चक लिया असी तां, मतलब कि इदां दे डायलॉग जिहड़े लोकां नूं जो सुनदे ने सोचदे ने भी यार फिल्म चल रही है कि कोई इलैक्शन हो रही है, हुण उत्थे माहौल की है मानसा दा,
ਅਸੀਂ ਤਾਂ ਡਾਂਗਾ ਸੋਟਿਆਂ ਨਾਲ ਹੀ ਬਣੇ ਰਹਿਣਾ ਚਾਹੀਦਾ, ਅਸੀਂ ਤਾਂ ਡਾਂਗਾ ਸੋਟਿਆਂ ਦੇ ਸਿਰ 'ਤੇ ਹੀ ਰਾਜ ਕੀਤਾ। ਮਤਲਬ ਕਿ ਉਹ ਕਹਿੰਦਾ ਮੈਂ ਵਿਰੋਧ ਤੋਂ ਪੈਦਾ ਹੋਇਆ, ਜਿੰਨਾ ਮੇਰਾ ਵਿਰੋਧ ਹੋਊਗਾ ਮੈਂ ਸ਼ਾਇਦ ਉਨਾ ਹੀ ਕਾਮਯਾਬ ਹੋਊਗਾ। ਇੱਦਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ, ਇੱਥੋਂ ਇਹ ਸ਼ੋਅ ਹੁੰਦਾ ਕਿ ਜਿਹੜਾ ਸਾਡੇ ਵਰਗੇ ਮਿਹਨਤੀ ਨੇ ਵੀ ਉਹ ਤਾਂ ਯਾਦ ਹੀ ਨਹੀਂ, ਠੀਕ ਹੈ, ਕੌਣ ਚਸ਼ਪਿੰਦਰ ਕੌਣ ਅਦਰਸ ਜਿਹੜੇ ਵੀ ਹੈਗੇ ਨੇ, ਉਹ ਬੋਲ ਰਿਹਾ ਕਿ ਨਾਜਰ ਮਾਨਸ਼ਾਹ ਜੀ ਨੇ ਕੀ ਕੀਤਾ 4 ਸਾਲਾਂ 'ਚ, ਮੈਂ ਮਾਨਸਾ ਦਾ ਵਿਕਾਸ ਕਰ ਦੂੰ। ਪਹਿਲਾਂ ਵਾਲੀ ਲੀਡਰਸ਼ਿਪ ਆ ਜਿਹੜੀ ਗਾਗਵਾਲ ਸਾਹਿਬ, ਉਹਨਾਂ ਨੇ ਕੀ ਕੀਤਾ, ਜਾਂ ਜਿਹੜੇ ਹੁਣ ਤੱਕ ਮਾਨਸਾ 'ਤੇ ਲੀਡਰ ਆ ਇਹਨਾਂ ਨੇ ਤਾਂ ਕੱਖ ਕੀਤਾ ਹੀ ਨਹੀਂ, ਜੋ ਕਰਨਾ ਮੈਂ ਕਰਨਾ। ਸੋ ਇੱਕ ਸੋਚ ਆ, ਨਹੀਂ ਪਸੰਦ, ਨਹੀਂ ਚੰਗਾ ਲੱਗਦਾ। ਮੈਂ ਜਿਸ ਬੰਦੇ ਨੇ ਮੇਰੇ 'ਤੇ ਇਲਜ਼ਾਮ ਲਾਇਆ ਹੋਵੇ ਕਿ ਨਸ਼ੇ ਦਾ ਤਸਕਰ ਆ, ਜਿਸ ਬੰਦੇ ਨੇ ਮੇਰੇ 'ਤੇ ਉਹ ਇਲਜ਼ਾਮ ਲਾਏ ਹੋਣ ਜੋ ਮੈਂ ਜ਼ਿੰਦਗੀ 'ਚ ਕਦੇ ਸੋਚ ਨਹੀਂ ਸਕਦਾ, ਠੀਕ ਹੈ, ਫਿਰ ਅੱਜ ਕਿਉਂ ਇੱਕ ਅਹੁਦੇ ਲੈਣ ਲਈ ਵੀ ਮੈਂ ਅਹੁਦਾ ਲੈ ਲੂੰ ਪਾਰਟੀ 'ਚ ਰਹਿ ਕੇ, ਜਾਂ ਮੈਂ ਪਾਰਟੀ 'ਚ ਰਹਿ ਕੇ ਵੀ ਯਾਰ ਮੈਂ ਉਹਦੀ ਮਦਦ ਤਾਂ ਕਰ ਰਿਹਾ ਕਿ ਮੈਨੂੰ ਕਿਸੇ ਵੱਡੀ ਡੀਲ ਦੀ ਜ਼ਰੂਰਤ ਆ, ਜਾਂ ਮੈਂ ਕੁਛ ਲੈਣਾ, ਜਦ ਆਪਾਂ ਜੋ ਦਿੱਤਾ ਮੈਨੂੰ ਮੇਰੇ ਮਾਂ ਪਿਓ ਨੇ, ਚੰਗੀ ਸੋਚ, ਜਿੰਨਾ ਕੁ ਗੁਜ਼ਾਰੇ ਲਈ ਮੈਨੂੰ ਪਰਮਾਤਮਾ ਨੇ ਦਿੱਤਾ, ਉਹ ਮੇਰੇ ਲਈ ਇਨਫਾ ਬਹੁਤ ਆ। ਚਸ਼ਪਿੰਦਰ, ਸਿੱਧੂ ਮੂਸੇਵਾਲ ਦੇ ਫੈਨ ਬਹੁਤ ਨੇ, ਕਰੋੜਾਂ ਵਿੱਚ ਉਹਨਾਂ ਦੇ ਫੈਨ ਨੇ, ਫਿਰ ਤੁਸੀਂ ਚਿੱਠੀ ਲਿਖੀ ਹੋਵੇ ਜਾਂ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੇ ਸੋਚਿਆ ਵੀ ਉਹ ਕਰੋੜਾਂ ਫੈਨ ਨੂੰ ਪੂਰੇ ਪੰਜਾਬ 'ਚ ਲੈ ਕੇ ਜਾਈਏ, ਪੰਜਾਬ 'ਚ ਲਿਜਾ ਕੇ ਕੰਪੇਨ ਕਰਾਈਏ, ਹੋਰ ਵੀ ਸੀਟਾਂ ਜਿੱਤੀਏ, ਇਹ ਲੀਡਰਸ਼ਿਪ ਦੇ ਮਨ ਵਿੱਚ ਆਉਂਦੀ ਹੈ? ਹਾਂ, ਇਹ ਤੁਸੀਂ ਬਹੁਤ ਸੋਹਣਾ ਸਵਾਲ ਕਰਿਆ, ਠੀਕ ਹੈ, ਮੇਰੇ ਮਨ 'ਚ ਸੀ ਇਹ ਗੱਲ, ਅਤੇ ਮੈਂ ਸੋਚ ਰਿਹਾ ਸੀ ਅੱਜ ਕੱਲ੍ਹ ਮੈਂ ਮਿਲਦਾ ਸਾਡੀ ਹਾਈਕਮਾਂਡ ਨੂੰ ਵੀ ਮਿਲਦਾ, ਅਤੇ ਮੈਂ ਉਹਨੂੰ ਕਹਿਣਾ ਕਿ ਉਸ ਬੰਦੇ ਦੇ ਹਜ਼ਾਰਾਂ ਕਰੋੜਾਂ ਫੈਨ ਨੇ, ਉਹਨੂੰ ਮਾਨਸਾ 'ਚੋਂ ਕੱਢੋ, ਠੀਕ ਹੈ, ਉਹਨੂੰ ਵਰਤੋ, ਅਤੇ ਉਹ ਆਪਣੇ ਫੈਨਜ਼ ਬੁਲਾਵੇ, ਜਿੰਨੇ ਉਹਦੇ ਫੈਨ ਨੇ ਸਾਰੀਆਂ ਸੀਟਾਂ 'ਤੇ ਉਹਨਾਂ ਤੋਂ ਕੰਮ ਲਈਏ, ਆ ਕੇ ਉਹ ਕਮੇਟੀ ਬਣਾਉਣ ਵੀ ਮੇਰੇ ਭਾਈ ਇੰਨੇ ਫੈਨ ਆ ਗਏ, ਠੀਕ ਆ, ਇੱਥੇ ਇੱਥੇ ਇਹਨਾਂ ਦੀ ਜ਼ਿੰਮੇਵਾਰੀ ਲਾਤੀ, ਹੁਣ ਇਹ ਆਹ ਹਲਕਿਆਂ 'ਚ ਜਾ ਕੇ ਪ੍ਰਚਾਰ ਕਰਨਗੇ। ਉਹਨੇ ਕੱਲ੍ਹ ਆਪ ਕਾਲ ਕੀਤੀ ਸੀ, ਤੁਹਾਡੇ ਉਹਦੇ ਫੈਨਜ਼ ਦੀ ਗੱਲ ਦੱਸਦਾ ਤੁਹਾਡੀ, ਮੈਂ ਸੁਣ ਲਓ, ਵੀ ਸਾਰੇ ਆਓ, ਮੈਨੂੰ ਲੱਗਦਾ 2 ਜਾਂ 400 ਬੰਦਾ ਸਾਰੇ ਪੰਜਾਬ 'ਚੋਂ ਆਇਆ ਹੋਊ, ਹੱਦ 500 ਆ ਗਿਆ ਹੋਊਗਾ ਸਾਰੇ ਪੰਜਾਬ 'ਚੋਂ। ਜਦੋਂ ਇਕੱਠ ਨਾ ਹੋਇਆ ਤਾਂ ਕਹਿੰਦਾ ਮੈਂ ਕੋਵਿਡ ਦੀਆਂ ਉਲੰਘਣਾ ਨਾ ਹੋ ਜਾਣ, ਇਕੱਠ ਨਾ ਹੋਇਆ, ਅਤੇ ਜਦੋਂ ਤੂੰ ਲਾਈਵ ਹੋ ਕੀ ਕਹਿੰਦਾ ਵੀ ਆਓ, ਸਾਰਿਆਂ ਨੂੰ ਸੱਦਾ ਖੁੱਲ੍ਹਾ, ਅਤੇ ਫਿਰ ਕੋਵਿਡ ਦੀ ਉਲੰਘਣਾ ਕਿੱਥੋਂ ਰਹੇਗੀ, ਪਹਿਲਾਂ ਤੂੰ ਸੱਦੇ, ਪਰ ਉਹ ਨਹੀਂ ਆਏ। ਮੈਂ ਕਹਿੰਦਾ ਇਹਨੂੰ ਨਿਕਲਣਾ ਚਾਹੀਦਾ ਮਾਨਸਾ 'ਚੋਂ, ਹੁਣ ਮਾਨਸਾ 'ਤੇ ਜਿੱਤੀ ਪਈ ਇਹਦੀ ਸੀਟ, ਮਾਨਸਾ 'ਤੇ ਤਾਂ ਨਾਮ ਹੀ ਬਹੁਤ ਆ, ਇਹਦਾ ਫੇਮ ਬਹੁਤ ਆ, ਇਹਦੇ ਫੈਨ ਜਿਤਾ ਦੇਣਗੇ, ਇਹਨੂੰ ਕੋਨੇ ਕੋਨੇ 'ਚ ਪੰਜਾਬ ਦੇ ਜਾਣਾ ਚਾਹੀਦਾ, ਇਹਨੂੰ ਪਤਾ ਲੱਗੇ ਕਿ ਮਿਹਨਤ ਕੀ ਹੁੰਦੀ ਆ, ਕਿਵੇਂ ਕਿਵੇਂ ਰੋਟੀ ਬਣਾਈ ਦੀ ਆ, ਕਿਵੇਂ ਪਕਾਈ ਦੀ ਆ, ਅਤੇ ਕਿਵੇਂ ਖਾਈ ਦੀ ਆ, ਕਿਸੇ ਦੀ ਬਣੀ ਬਣਾਈ ਥਾਲੀ ਖਾਣੀ ਅਤੇ ਬਣਾ ਕੇ ਖਾਣੀ 'ਚ ਫਰਕ ਆ, ਇਹ ਅੰਤਰ ਇਹ ਹੁਣ ਇਹਨੂੰ ਪਤਾ ਲੱਗਣਾ ਚਾਹੀਦਾ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੀ ਲੀਡਰਸ਼ਿਪ ਅੱਗੇ, ਮੇਰਾ ਹੱਕ ਤਾਂ ਖਾਧਾ ਗਾ, ਮੇਰਾ ਤਾਂ ਕਾਮ ਪਰਿਵਾਰ ਦੇ ਮੁੰਡੇ ਦੇ ਨੇ ਹੱਕ ਖਾਧਾ ਗਾ, ਜੇ ਹੁਣ ਮੇਰਾ ਹੱਕ ਖਵਾ ਕੇ ਵੀ ਇਹਨੂੰ ਆਪਾਂ ਘਰੇ ਬਿਠਾ ਕੇ ਰੱਖਣਾ, ਤਾਂ ਪਹਿਲੀ ਪ੍ਰਾਹੁਣਾ ਕਹਿੰਦਾ ਕਿ ਮੈਂ ਪ੍ਰਾਹੁਣਾ ਗਾ, ਠੀਕ ਹੈ, ਅਤੇ ਇਹਨੂੰ ਲੈ ਕੇ ਲੋਕਾਂ 'ਚ ਜਾਓ, ਹੁਣ ਕੰਪੇਨ ਕਰੇ, ਇਹ ਤਾਂ ਸਿਰਫ 4 ਦਿਨ ਜਾਂ 5 ਦਿਨ ਮਾਨਸਾ ਰਹਿਣਾ ਚਾਹੀਦਾ, ਕਿਉਂਕਿ ਮਾਨਸਾ ਸੀਟ ਤਾਂ ਜਿੱਤੀ ਪਈ ਹੈ ਇਹਦੀ, ਇਹ ਪੰਜਾਬ ਦੀ ਇਕੱਲੀ ਇਕੱਲੀ ਸੀਟ ਜਿੱਤਿਆ ਕੇ ਲੈ ਕੇ ਆਵੇ। ਤੁਸੀਂ ਇਹ ਵੀ ਕਹਿ ਦਿਓ ਸੀ ਕਿ ਜੇ ਮਾਨਸਾ ਦੇ ਜਿੱਤ ਜਾਏਗਾ ਬੜੇ ਸੌਖੇ ਤਰੀਕੇ ਨਾਲ, ਉੱਥੇ ਭੇਜਣਾ ਚਾਹੀਦਾ ਜਿੱਥੇ ਕੋਈ ਵੱਡਾ ਲੀਡਰ ਖੜਾ। ਸਕਰੀਵਾਲ ਦੀ ਵੀ ਗੱਲ ਕੀਤੀ ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ, ਬਿਲਕੁਲ, ਫਿਰ ਤੁਸੀਂ ਕਹਿੰਦੇ ਕਿ ਲੀਡਰਸ਼ਿਪ ਨੂੰ ਵੀ ਸਕਰੀਵਾਲ ਦੇ ਖਿਲਾਫ ਖੜਾਓ? ਮੈਂ ਤਾਂ ਕਹਿਤਾ ਸੀ, ਮੈਂ ਤਾਂ ਹੁਣ ਵੀ ਕਹੂੰ ਵੀ ਇਹਨੂੰ ਲਿਜਾ ਕੇ ਜਿੱਥੇ ਕੋਈ ਡਾਮਾਡੋਲ ਪੋਜੀਸ਼ਨ ਲੱਗਦੀ ਹੈ ਸਾਡੀ ਮਜੀਠੀਆ ਖਿਲਾਫ, ਲਿਜਾ ਕੇ ਸਾਡੇ ਕਾਂਗਰਸੀਆਂ 'ਚ ਜਾਣ ਪਾਓ, ਸੁਖਵੀਰ ਬਾਦਲ ਦੇ ਖਿਲਾਫ ਸਾਡਾ ਅਬੁਲ ਖਰਾਨੇ ਲੜ ਰਹੇ ਨੇ ਉਹਨਾਂ 'ਚ ਜਾਣ ਪਾਓ, ਸਾਡੇ ਜਿਹੜੇ ਯੂਥ ਦੇ ਜਿਹਨੇ ਲੀਡਰ ਸਾਹਿਬਾਨ ਲੜ ਰਹੇ ਨੇ ਉੱਥੇ ਜਾ ਕੇ ਜਾਣ ਪਵਾਓ, ਬੋਲੇ, ਪਤਾ ਤਾਂ ਲੱਗੇ ਦੀ ਤਾਕਤ ਦਾ। ਇਹ ਘਰੇ ਕਿਉਂ ਬੈਠਾ ਹੁਣ, ਘਰੋਂ ਨਿਕਲਦਾ ਕਿਉਂ ਨਹੀਂ ਮਾਨਸਾ 'ਚੋਂ? ਮਾਨਸਾ 'ਚੋਂ ਨਿਕਲੇ ਪੰਜਾਬ ਦੀ, ਤਾਂ ਪੰਜਾਬ ਦੀ ਗੱਲ ਕਰੇ, ਇਹ ਤਾਂ ਬੁਲਾਰਾ ਪਾਉਣਾ ਚਾਹੀਦਾ ਸੀ, ਪਤਾ ਨਹੀਂ ਕਿਉਂ ਨਹੀਂ ਪਾਇਆ, ਸ਼ਾਇਦ ਇਹ ਮਤਲਬ ਡਰਿਆ ਬੈਠਾ, ਇਹਨੂੰ ਇਹ ਲੱਗ ਰਿਹਾ ਵੀ ਮਾਨਸਾ ਵੀ ਮੇਰੇ ਕੋਲ ਨਹੀਂ ਹੈ, ਪਰ ਇਹਨੂੰ ਭਰੋਸਾ ਨਹੀਂ ਆਪਣੇ ਫੈਨ ਜਿਹਦੇ 'ਤੇ, ਆਪਣੇ 'ਤੇ ਇਹਨੂੰ ਭਰੋਸਾ ਨਹੀਂ, ਆਪਣੀ ਕਾਬਲੀਅਤ 'ਤੇ, ਇਹ ਹੁਣ ਪੰਜਾਬ 'ਚ ਜਾ ਕੇ ਗੱਲ ਕਰੇ, ਪੰਜਾਬ ਦੀ ਗੱਲ ਕਰੇ, ਇਹ ਮਾਨਸਾ ਹੀ ਬੈਠਾ, ਮੈਨੂੰ ਸਮਝ ਨਹੀਂ ਆਉਂਦੀ ਮਾਨਸਾ ਕੀ ਹੈ ਇਹਦਾ। ਮਾਨਸਾ ਤਾਂ ਕਹਿੰਦੇ ਮੈਂ ਜਿੱਤ ਕੇ ਰੱਖ ਦੂੰ, ਮੈਂ ਤਾਂ ਵਿਰੋਧ 'ਚ ਵੀ ਪੈਦਾ ਹੋਇਆ, ਅਤੇ ਹੁਣ ਕੀ ਐਡੀ ਛੇਤੀ ਹੋ ਗਿਆ, ਹੁਣ ਜਾਵੇ ਪੰਜਾਬ 'ਚ, ਪੰਜਾਬ ਕਿਉਂ ਨਹੀਂ ਸੰਭਾਲਦਾ? ਤੁਸੀਂ ਇੰਨਾ ਵਿਰੋਧ ਕਰਦੇ ਹੋ ਸਿੱਧੂ ਮੂਸੇਵਾਲ ਦਾ, ਗਾਣੇ ਸੁਣਦੇ ਉਹਨਾਂ ਦੇ? ਨਹੀਂ ਜੀ, ਮੈਂ ਨਹੀਂ ਕਦੇ ਸੁਣਿਆ। ਸੋਸ਼ਲ ਮੀਡੀਆ ਦੇਖੀਏ, ਤੁਸੀਂ ਫੈਨਸ ਦੀ ਵੀ ਗੱਲ ਕੀਤੀ ਹੈ, ਫੈਨ ਤਾਂ ਉਹਨਾਂ ਦੇ ਗਾਣੇ ਲਾ ਕੇ ਚੱਲਦੇ ਨੇ, ਜਦੋਂ ਰੈਲੀਆਂ 'ਤੇ ਜਾਂਦੇ ਨੇ, ਜਦੋਂ ਸਟੇਜਾਂ 'ਤੇ ਜਾਂਦੇ ਨੇ, ਗਾਣਾ ਲੱਗਿਆ ਹੁੰਦਾ ਇੱਕ ਗਾਣਾ ਤੱਕਾ ਸਾਡਾ ਤਾਂ ਚੱਲਦਾ ਸੀ ਕਰਦੇ ਹਾਂ, ਇਹੋ ਜਿਹਾ ਕੋਈ ਗਾਣਾ ਹੈਗਾ, ਤਾਂ ਤੁਹਾਡੇ ਨਾਲ ਤੱਕਾ ਹੋਇਆ ਫਿਰ ਵੀ ਧੱਕੇ ਨਾਲ ਸਿੱਧੂ ਮੂਸੇਵਾਲਾ ਲੈ ਗਿਆ ਸੀਟ ਤੁਹਾਡੇ ਕੋਲ? ਮੈਂ ਲਿਖਿਆ ਉਹਨੇ ਪਾਇਆ ਸੀਗਾ ਜਿਸ ਦਿਨ ਟਿਕਟ ਆਈ ਆ, ਉਦੋਂ ਕਾਫੀ ਬੰਦਿਆਂ ਨੇ ਮੈਨੂੰ ਟੈਗ ਕਰ ਉਹ ਮੈਂਟਲ ਲੋਕ ਹੈ ਨਾ, ਮੈਂਟਲ ਪਾਗਲ ਲੋਕ ਨੇ, ਜਿਵੇਂ ਆਪ ਨੇ ਉਵੇਂ ਦੂਜਿਆਂ ਨੂੰ ਸਮਝਦੇ ਨੇ, ਮੈਨੂੰ ਕਰ ਟੈਗ ਸਾਡਾ ਚੱਲਦਾ ਹੈ ਧੱਕਾ ਸੀ ਤਾਂ ਕਰਦੇ। ਹਾਂ, ਉਹਦਾ ਬਿਲਕੁਲ ਧੱਕਾ ਚੱਲਦਾ, ਠੀਕ ਹੈ, ਉਹਦੇ ਕੋਲ ਤਾਕਤ ਆ, ਉਹਦੇ ਕੋਲ ਵੱਡੇ ਲੀਡਰ ਨੇ, ਠੀਕ ਹੈ, ਉਹਦੇ ਕੋਲ ਪੈਸਾ ਗਾ, ਉਹਦੇ ਕੋਲ ਉਹਨੂੰ ਇਹ ਆ ਕਿ ਮੈਂ ਜਿਵੇਂ ਕਲਾਕਾਰ ਲੈਣ ਦੇ ਵਿੱਚ ਧੱਕਾ ਕੀਤਾ ਉਵੇਂ ਮੇਰੇ ਇੱਥੇ ਚੱਲੂ, ਠੀਕ ਹੈ, ਉਹ ਟਿਕਟ ਲੈ ਕੇ ਆਇਆ, ਟਿਕਟ ਉਹ ਲੈ ਗਿਆ ਹਾਈਕਮਾਂਡ ਤੋਂ, ਠੀਕ ਆ, ਉਹਦਾ ਧੱਕਾ ਉੱਥੇ ਚੱਲ ਗਿਆ, ਉਹਦਾ ਧੱਕਾ ਮੇਰੀ ਹਾਈਕਮਾਂਡ 'ਤੇ ਚੱਲ ਗਿਆ, ਠੀਕ ਹੈ, ਮੇਰੇ ਲੀਡਰਾਂ
ਹੁਣ ਉਹ ਮਾਨਸਾ ਦੇ ਲੋਕ ਦੱਸਣਗੇ, ਭੋਲੇ ਭਾਲੇ ਲੋਕ ਨੇ ਮਾਨਸਾ ਦੇ, ਉਹ ਦੱਸਣਗੇ ਵੀ ਧੱਕਾ ਕਿਵੇਂ ਚੱਲਦਾ। ਉਹ ਹੁਣ ਉਹਨਾਂ ਨੇ ਤੈਅ ਕਰਨਾ ਵੀ ਇਹਦਾ ਧੱਕਾ ਸਹਿਣਾ, ਇਹਦੀ ਬਦਮਾਸ਼ੀ ਸਹਿਣੀ ਆ ਕਿ ਇਹਨੂੰ ਅਸਲੀ ਇਹਦੀ ਲਿਆਕਤ 'ਚ ਲੈ ਕੇ ਆਉਣਾ ਗਾ। ਜੇ ਇਹਦੇ ਇੱਦਾਂ ਦੇ ਬਿਆਨ ਰਹੇ, ਐਸੇ ਤਰ੍ਹਾਂ ਇਹ ਹਰਕਤਾਂ ਕਰਦਾ ਰਿਹਾ, ਤੁਹਾਨੂੰ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਤੁਹਾਡੇ ਸਮਾਂ ਆਪਣੇ ਸਾਹਮਣੇ ਆ ਜਾਊ, ਮਹੀਨੇ ਡੇਢ ਮਹੀਨੇ ਤੱਕ ਤੁਸੀਂ ਵੀ ਮਿਲੋਗੇ ਅਤੇ ਮੈਂ ਵੀ ਮਿਲੂੰਗਾ, ਠੀਕ ਹੈ। ਅਤੇ ਧੱਕਾ ਧੁੱਕਾ ਜਿਹੜਾ ਸੀਗਾ ਉਹ ਜਿੰਨਾ ਚੱਲਣਾ ਸੀ ਚੱਲ ਹਟਿਆ। ਹੁਣ ਗੱਲ ਲੋਕਾਂ ਦੀ ਕਚਹਿਰੀ 'ਚ ਆ, ਲੋਕਾਂ ਦੀ ਕਚਹਿਰੀ 'ਚ ਹਮੇਸ਼ਾ ਨਿਮਰਤਾ ਔਰ ਸਾਦਗੀ ਹੀ ਮੰਨੀ ਜਾਂਦੀ ਹੈਗੀ। ਇੱਕ ਇਹ ਮੈਂ ਤੁਹਾਨੂੰ ਹੁਣ ਤੁਹਾਡੇ ਜਦੋਂ ਤੁਸੀਂ ਸਵਾਲ ਹੀ ਕਰ ਲਿਆ, ਤੁਹਾਡੇ ਗਾਣਿਆਂ ਤੋਂ ਇੱਕ ਇਹਦਾ ਗਾਣਾ ਸੀਗਾ ਮੈਂ ਸੁਣਿਆ, ਇਹ ਕਹਿੰਦਾ ਹੁੰਦਾ ਵੀ ਪਤਾ ਆਪਣੇ ਦਮ 'ਤੇ ਉੱਠਿਆ, ਚਾਚੇ ਮਾਮਾ ਦੇ ਸਿਰਾਂ 'ਤੇ ਨਹੀਂ ਉੱਠੀਦਾ, ਆਪਦੇ ਦਮ 'ਤੇ ਉੱਠੀਦਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹ ਬੰਦੇ ਦੇ ਸੱਜੇ ਹੱਥ 'ਤੇ ਹੁੰਦਾ ਚਾਚਾ, ਖੱਬੇ ਹੱਥ ਮਾਮਾ, ਮੂਹਰੇ ਮਾਮਿਆਂ ਦੀ ਜਿਪਸੀ ਲਈ ਹੁੰਦੀ ਆ। ਜਿੱਦਣ ਦਾ ਇਹ ਚੋਣ ਮੈਦਾਨ 'ਚ ਉਤਰਿਆ, ਮਾਮੇ ਮੂਹਰੇ ਹੁੰਦੇ ਨੇ, ਖੱਬੇ ਹੱਥ ਚਾਚਾ, ਚਾਚੇ ਦੇ ਹੱਥ ਹੁੰਦਾ ਫੋਨ, ਠੀਕ ਹੈ, ਉਹ ਲੋਕਾਂ ਨੂੰ ਮਿਲਾਉਂਦਾ, ਇੱਕ ਪਾਸੇ ਮਾਮਾ ਹੁੰਦਾ ਗਾ। ਇਹ ਬੰਦਾ ਜੋ ਗਾਈ ਜਾਂਦਾ, ਮਤਲਬ ਕਿ ਇਹਨੂੰ ਇਹ ਨਹੀਂ ਪਤਾ ਮੈਂ ਕੀ ਗਾਤਾ ਅਤੇ ਹੁਣ ਮੈਂ ਕੀ ਕਰ ਰਿਹਾ। ਲੀਡਰ ਹੁੰਦੇ ਨੇ ਹੱਕਦਾਰ ਗੋਲੀ ਦੇ, ਕਿਹੜੇ ਗਾਣੇ 'ਚ ਕਿਹਾ, ਠੀਕ ਹੈ, ਮਤਲਬ ਕਿ ਬੜਾ ਇਹਦੇ ਇੱਕੋ ਹੀ ਇਹਨੂੰ ਨਸ਼ਾ ਚੜਿਆ ਹੋਇਆ, ਓਨਲੀ ਐਮਐਲਏਸ਼ਿਪ ਨਹੀਂ। ਬੰਦਾ ਸੋਚਦਾ ਵੀ ਯਾਰ ਜੋ ਮੈਂ ਸੋਚ ਲਿਆ, ਜੋ ਮੈਂ ਲੋਕਾਂ 'ਚ ਪਰੋਤਾ, ਠੀਕ ਹੈ, ਘੱਟੋ ਘੱਟ ਉਹ ਤਾਂ ਰਿਪੀਟ ਨਾ ਕਰਾਂ, ਉਹ ਗਲਤੀਆਂ ਤਾਂ ਮੈਂ ਖੁਦ ਨਾ ਕਰਾਂ। ਸੋ ਧੱਕਾ ਧੁੱਕਾ ਇਹਦਾ ਹੋਰ ਇੰਡਸਟਰੀ 'ਤੇ ਚੱਲਦਾ ਹੋਊ, ਨਾ ਯੂਥ ਕਾਂਗਰਸ ਦੇ ਸੰਗਠਨ 'ਤੇ ਕਿਸੇ ਦਾ ਧੱਕਾ ਚੱਲਿਆ ਅਤੇ ਨਾ ਯੂਥ ਕਾਂਗਰਸ ਦਾ ਸੰਗਠਨ ਕਿਸੇ ਦਾ ਧੱਕਾ ਬਰਦਾਸ਼ਤ ਕਰੇ। ਇੱਟ ਦਾ ਜਵਾਬ ਪੱਥਰ ਆ। ਜੋ ਗਾਣੇ ਉਹਨਾਂ ਨੇ ਗਾਏ ਨੇ ਜਾਂ ਗਾਣਿਆਂ ਵਿੱਚ ਜੋ ਸ਼ਬਦ ਬੋਲੇ ਨੇ ਉਹ ਸੱਚ ਨੇ ਕਿ ਆਹ ਚੀਜ਼ ਸੱਚ ਹੁੰਦੀ ਹੈ? ਇੱਕ MLA ਨੂੰ ਸੀਟ ਜਦੋਂ ਮਿਲ ਜਾਂਦੀ ਹੈ, ਟਿਕਟ ਮਿਲ ਜਾਂਦੀ ਹੈ, ਜਾ ਕੇ ਵੋਟਾਂ ਮੰਗਣੀਆਂ ਹੁੰਦੀਆਂ ਨੇ ਘਰ ਘਰ ਜਾ ਕੇ, ਉਹ ਸੱਚ ਹੈ ਕਿ ਵਾਕਈ ਜੋ ਗਾਣੇ ਵਿੱਚ ਕਿਹਾ ਗਿਆ ਉਹ ਸੱਚ ਹੈ? ਦੇਖੋ ਜੀ, ਗਾਣੇ ਵਿੱਚ ਉਹਨੇ ਕੀ ਕਿਹਾ ਉਹ ਤਾਂ ਬਹੁਤ ਕੁਛ ਕਹਿੰਦਾ ਗਾ, ਠੀਕ ਹੈ, ਉਹ ਤਾਂ ਨਿਰਾ ਉਹ ਸੱਚ ਹੈ ਸਾਰਾ। ਕੀ ਸੱਚ ਹੈ ਬਾਈ ਜੀ, ਮੈਨੂੰ ਦੱਸੋ, ਲੀਡਰ ਕਿਵੇਂ ਗੋਲੀ ਦੇ ਹੱਕਦਾਰ ਹੋ ਗਏ? ਸਾਰੇ ਲੀਡਰਾਂ ਨੂੰ ਤੁਸੀਂ ਇੱਕ ਪਾਸੇ ਕਿਵੇਂ ਤੁਲਨਾ ਕਰ ਸਕਦੇ ਹੋ? ਠੀਕ ਹੈ, ਅਤੇ ਉਸ ਤੋਂ ਬਾਅਦ ਉਹ ਜੇ ਮੈਂ ਕਹਿੰਦਾ ਕਿ ਚਾਚੇ ਮਾਮੇ ਦੀ ਲੋੜ ਨਹੀਂ ਹੁੰਦੀ, ਕਿਉਂ ਨਹੀਂ ਜ਼ਰੂਰਤ ਹੁੰਦੀ, ਹੁਣ ਕਿਉਂ ਚੱਕੀ ਫਿਰਦਾ ਆਪਦੇ ਨਾਲ, ਇੱਕ ਪਾਸੇ ਮਾਮਾ ਇੱਕ ਪਾਸੇ ਚਾਚਾ, ਠੀਕ ਹੈ, ਅਤੇ ਜਿਵੇਂ ਤੁਸੀਂ ਉਹਨੇ ਇੱਕ ਹੋਰ ਤੁਸੀਂ ਕਹਿੰਦੇ ਹੋ ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ, ਠੀਕ ਹੈ, ਧੱਕੇ ਦਾ ਕੀ ਮਤਲਬ, ਕਿਹਦੇ ਨਾਲ ਕਰਨਾ ਚਾਹੁੰਦਾ ਉਹ ਧੱਕਾ? ਠੀਕ ਹੈ, ਇਹਦਾ ਬਦਮਾਸ਼ੀ ਹੈ ਨਿਰੀ, ਪਤਾ ਨਹੀਂ ਕੀ ਸਾਡੀ ਹਾਈ ਕਮਾਂਡ ਨੂੰ ਹੋ ਗਿਆ, ਪਤਾ ਨਹੀਂ ਕੀ ਸਾਡੀ ਲੀਡਰਸ਼ਿਪ ਨੂੰ ਹੋ ਗਿਆ, ਕਿਉਂ ਹੀ ਨਹੀਂ ਕਮਜ਼ੋਰ ਫੀਲ ਕੀਤਾ ਉਹਦੇ ਸਾਹਮਣੇ ਵੀ ਯਾਰ ਉਹਦਾ ਹੈ ਕੀ, ਉਹਦਾ ਵਿਯੂਧ ਕੀ ਉਹਨੇ ਸਮਾਜ ਨੂੰ ਦਿੱਤਾ, ਕੀ ਨੌਜਵਾਨੀ ਨੂੰ ਦਿੱਤਾ, ਕੀ ਦੇਣਾ ਚਾਹੁੰਦਾ ਉਹ, ਅਸੀਂ ਕਿਉਂ ਇਹਨੂੰ ਪੱਲੇ ਪਾਇਆ ਬੰਦੇ ਨੂੰ? ਚਲੋ ਹੁਣ ਇਹਨੂੰ ਟਿਕਟ ਦੇ ਤੀ, ਇਹਨੂੰ ਲੜਾਉਣ, ਠੀਕ, ਇਹਨੂੰ ਕਹਿੰਦਾ ਕਰ ਧੱਕਾ ਹੁਣ ਤੂੰ ਲੋਕਾਂ ਨਾਲ, ਧੱਕੇ ਨਾਲ ਵੋਟਾਂ ਲੈ, ਤੇ ਹੁਣ ਤੂੰ ਧੱਕਾ ਕਰ। ਵੋਟਾਂ ਧੱਕੇ ਨਾਲ ਨਹੀਂ, ਵੋਟਾਂ ਤਾਂ ਲੋਕ ਉਮੀਦਵਾਰ ਦੇਖ ਕੇ ਦੇਣਗੇ, ਧੱਕੇ ਨਾਲ ਕਦੋਂ ਦੇਣਗੇ? ਫਿਰ ਹੱਥ ਕਿਉਂ ਬੰਨਦਾ ਉਹ? ਫਿਰ ਧੱਕਾ ਕਰੇ ਨਾ, ਫਿਰ ਭਜਾ ਦੇ ਚਾਚੇ ਮਾਮਿਆਂ ਨੂੰ ਵੀ, ਜਾਓ ਜਿਪਸੀ ਅੱਗੇ ਲੱਗੀ ਹੁੰਦੀ ਹੈ ਮਾਮਿਆਂ ਦੀ, ਇੱਕ ਮਾਮਾ ਸੱਜੇ ਇੱਕ ਖੱਬੇ ਇੱਕ ਚਾਚਾ ਨਾਲ, ਭਜਾ ਦੇ ਸਾਰਿਆਂ ਨੂੰ ਵੀ ਲੋੜ ਨਹੀਂ ਮੈਨੂੰ ਤਾਂ, ਮੈਂ ਤਾਂ ਆਪਣੇ ਦਮ 'ਤੇ ਹਾਂ, ਮੈਂ ਜਿੱਤ ਕੇ ਦਿਖਾਊਂਗਾ, ਮੈਨੂੰ ਤਾਂ ਕਿਸੇ ਮਾਮੇ ਚਾਚੀ ਦੀ ਲੋੜ ਨਹੀਂ। ਨਾਲੇ ਕਹੀ ਜਾਣਾ ਅਤੇ ਨਾਲੇ ਜ਼ਿੰਦਗੀ 'ਚ ਮੁੜ ਕੇ ਅਪਲਾਈ ਕਰ ਲੈਣਾ, ਠੀਕ ਹੈ, ਉਹ ਮਤਲਬ ਕਿ ਜਾਗਦੀਆਂ ਜ਼ਮੀਰ ਵਾਲੇ ਬੰਦਿਆਂ ਦੇ ਕਿਰਦਾਰ ਨਹੀਂ ਹੈਗੇ। ਜੋ ਜਵਾਨ 'ਚੋਂ ਕਹਿਤਾ ਬੰਦਾ ਹਜ਼ਾਰ ਵਾਰ ਸੋਚਦਾ ਵੀ ਮੈਂ ਕਹਿ ਬੈਠਾ ਅਤੇ ਹੁਣ ਮੈਂ ਕੀ ਕਰਾਂ, ਯਾਰ ਮੇਰੇ 'ਤੇ ਹੀ ਲਾ ਲਓ, ਵਿਰੋਧ ਹੈ ਸੀ, ਵਿਰੋਧ ਹੈ ਅਤੇ ਰਹੂਗਾ। ਕਰਦੇ ਦੋਗੇ ਵਿਰੋਧ? ਹਾਂ, ਮੇਰੇ ਵੱਲੋਂ, ਮੇਰਾ ਇਹ ਮੇਰੀ ਸਟੇਟਮੈਂਟ ਆ ਨਾ, ਪਾਰਟੀ ਦੇ ਲੋਕ ਨੇ, ਸਰਪੰਚ ਨੇ, ਪੈਂਚ ਨੇ, ਉਹਨਾਂ ਨੇ ਕੀ ਕਰਨਾ ਉਹ ਮੈਂ ਨਹੀਂ ਕਹਿ ਸਕਦਾ। ਮੇਰਾ ਜ਼ਮੀਰ ਨਹੀਂ ਮੰਨਦਾ ਕਿ ਮੈਨੂੰ ਸਰੈਂਡਰ ਕਰਾਂ। ਤੁਹਾਡੀ ਮਿਹਨਤ ਦਾ ਹੱਕ ਫਿਰ ਲੀਡਰਸ਼ਿਪ ਨੇ ਖੋਲਿਆ, ਫਿਰ ਤੁਸੀਂ ਸਿੱਧੂ ਮੂਸੇ ਨੂੰ ਕਹਿੰਦੇ ਹੋ ਵਾਰ ਵਾਰ ਜਾ ਕੇ ਕਿ ਮੇਰੀ ਸੀਟ ਲੈ ਗਏ, ਸੀਟ ਤਾਂ ਦਿੱਲੀ ਤੋਂ ਡਿਸਾਈਡ ਹੁੰਦੀ ਹੈ। ਕਈ ਲੀਡਰ ਮੇਰੇ ਮੂੰਹ 'ਚ ਤੁਸੀਂ ਹੁਣ ਸਵਾਲ ਪਾ ਰਹੇ ਹੋ ਵਾਰ ਵਾਰ, ਇੱਕ ਦੋ ਲੀਡਰ ਹੁੰਦੇ ਨੇ ਜਿਹੜੇ ਗੁੰਮਰਾਹ ਕਰ ਦਿੰਦੇ ਨੇ, ਇਹ ਮੈਂ ਹਮੇਸ਼ਾ ਪੰਜਾਬ ਦੇ ਲੀਡਰ ਗੁੰਮਰਾਹ ਕੀਤਾ ਹੋਊ ਕਿਸੇ ਨੇ, ਕੋਈ ਤਾਂ ਲੀਡਰ ਹੈ, ਕਿਸੇ ਨਾ ਕਿਸੇ ਨੇ ਤਾਂ ਗੁੰਮਰਾਹ ਕੀਤਾ ਗਾ ਸਾਡੀ ਹਾਈ ਕਮਾਂਡ ਨੂੰ ਕਿ ਯਾਰ ਇਹ ਗਲਤ ਹੋਇਆ। ਮੈਂ ਕੋਈ ਵੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਮੈਂ ਡਰਦਾ ਨਹੀਂ, ਕਿਉਂਕਿ ਮੈਂ ਦਿਲੋਂ ਕੰਮ ਕੀਤਾ, ਮੇਰੇ ਕੰਮ, ਮੈਂ ਕਹਿੰਦਾ ਵੀ ਯਾਰ ਜੇ ਮੈਂ ਕਿਤੇ ਗਲਤ ਹਾਂ ਮੈਨੂੰ ਦਿਓ ਸਜ਼ਾ ਵੀ ਤੂੰ ਗਲਤ ਹੈ ਇੱਥੇ, ਠੀਕ ਹੈ, ਕਿ ਹੁਣ ਗਲਤੀ ਵੀ ਕਿਸੇ ਦੀ, ਥੱਪੜ ਵੀ ਮੇਰੇ, ਖਾਧਾ ਵੀ ਮੈਨੂੰ ਅਤੇ ਚੁੱਪ ਵੀ ਮੈਂ, ਇਹ ਤਾਂ ਨਹੀਂ ਸੰਗਠਨ ਕਹਿੰਦਾ, ਇਹ ਤਾਂ ਨਹੀਂ ਯੂਥ ਕਾਂਗਰਸ ਕਹਿੰਦੀ, ਇਹ ਰਾਹੁਲ ਗਾਂਧੀ ਦੀ ਸੋਚ ਨਹੀਂ। ਰਾਹੁਲ ਗਾਂਧੀ ਦੀ ਸੋਚ ਆ ਜੇ ਕਿਤੇ ਗਲਤੀ ਹੋਈ ਆ ਕਹੋ ਵੀ ਇਹ ਗਲਤ ਆ, ਇਹ ਗਲਤ ਆ। ਜੇ ਅਸੀਂ ਪਾਰਟੀ 'ਚ ਰਹਿ ਕੇ ਆਪਣੇ ਪਰਿਵਾਰ 'ਚ ਰਹਿ ਕੇ ਆਪਣੀ ਗੱਲ ਨਹੀਂ ਸੁਧਾਰ ਸਕਦੇ, ਅਸੀਂ ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਤਾਂ ਅਸੀਂ ਤਾਂ ਫਿਰ ਉਹ ਪਾਰਟੀ ਦੇ ਮੈਂਬਰ ਨਹੀਂ ਅਤੇ ਨਾ ਉਹ ਪਰਿਵਾਰ ਦੇ ਮੈਂਬਰ ਆ। ਇੰਨਾ ਕੁ ਰਾਈਟ ਹੋਣਾ ਚਾਹੀਦਾ, ਅਤੇ ਮੈਂ ਕਹਿ ਰਿਹਾ ਕਿ ਉਹ ਗਲਤ ਹੋਇਆ, ਹਜੇ ਵੀ ਸਮਾਂ ਵਿਚਾਰ ਲੈਣ। ਬਾਕੀ ਹਾਈਕਮਾਂਡ ਦਾ ਜੋ ਫੈਸਲਾ ਸਿਰ ਮੱਥੇ ਆ, ਮੰਨ ਹੀ ਲਿਆ, ਮੈਂ ਕਿਹੜਾ ਪਾਰਟੀ ਛੱਡ ਕੇ ਭੱਜ ਗਿਆ? ਜੇ ਮੰਨ ਲਿਆ ਤਾਂ ਫਿਰ ਸਪੋਰਟ ਕਰੋਗੇ ਸਿੱਧੂ ਮੂਸੇ ਦੀ? ਮੰਨ ਲਿਆ ਤੁਸੀਂ ਫੈਸਲਾ ਉਹਨਾਂ ਦਾ ਵੀ ਠੀਕ ਹੈ, ਉਹਨੂੰ ਟਿਕਟ ਦੇ ਦਿੱਤੀ ਗਈ ਹੈ, ਸਪੋਰਟ ਕਰੋਗੇ ਫਿਰ? ਜੇ ਸਪੋਰਟ ਕਰੋਗੇ ਤਾਂ
ਲੀਡਰਸ਼ਿਪ ਨੂੰ ਹੀ ਜਾ ਹੋਈ ਨਾ ਕਾਂਗਰਸ ਪਾਰਟੀ ਸਪੋਰਟ ਹੋਏਗੀ ਇੱਕ MLA ਜੇ ਵੱਧ ਜਾਂਦਾ ਤਾਂ ਹੋ ਸਕਦਾ ਕੱਲ੍ਹ ਨੂੰ ਸਰਕਾਰ ਬਣ ਜਾਵੇ ਬਿਲਕੁਲ ਮੈਂ ਸਪੋਰਟ ਕਰੂੰਗਾ ਮੈਂ ਕਰ ਰਿਹਾ ਬਰਿੰਦਰ ਢਿੱਲੋਂ ਦੀ ਮੈਂ ਕਰ ਰਿਹਾ ਗਾ ਮੇਰੇ ਲਾਲੀ ਭਰਾ ਯੂਥ ਕਾਂਗਰਸ ਦੇ ਮੈਂ ਉੱਥੇ ਡੇਰੇ ਲਾ ਲਏ ਮੇਰੀ ਜਿਹੜੀ ਟੀਮ ਆ ਉੱਥੇ ਜਾ ਕੇ ਦਿਨ ਰਾਤ ਕਰਕੇ ਭਰਾਵਾਂ ਨੂੰ ਜਿਤਾਵਾਂਗੇ ਠੀਕ ਹੈ ਜਿਹਨੇ ਯੂਥ ਕਾਂਗਰਸ 'ਚ ਕੰਮ ਕੀਤਾ ਉੱਥੇ ਅਸੀਂ ਕਰਾਂਗੇ ਮਾਨਸਾ 'ਚ ਸਪੋਰਟ ਇਸ ਕਰਕੇ ਨਹੀਂ ਕਰ ਰਿਹਾ ਮੈਂ ਨਹੀਂ ਕਰ ਰਿਹਾ ਲੋਕ ਤਾਂ ਉਹਨੂੰ ਮੈਂ ਲੋਕਾਂ ਤੋਂ ਰੋਕਣਾ ਨਹੀਂ ਲੋਕਾਂ ਨੇ ਜੋ ਫੈਸਲਾ ਲੈਣਾ ਉਹ ਲੋਕਾਂ ਨੇ ਲੈਣਾ ਮੈਂ ਨਹੀਂ ਰੋਕਣਾ ਕਿਸੇ ਨੂੰ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਉਹ ਬਹੁਤ ਨਾਟ 11 ਗਾ ਉਹਨੂੰ ਜ਼ਰੂਰਤ ਨਹੀਂ ਮੇਰੀ ਸਪੋਰਟ ਦੀ ਆਸ਼ੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਸੇ ਨੂੰ ਉਹ ਨਾਟ 11 ਉਹਦੇ ਨਾਲ ਬੜਾ ਤਾਮ ਚਾਮਾ ਉਹ ਕਹਿੰਦਾ ਮੈਂ ਜਿੱਤ ਗਿਆ ਉਹਦੀ ਜਿੱਤ ਯਕੀਨਨ ਉਹ ਮੰਨੀ ਬੈਠਾ ਗਾ ਇਸ ਕਰਕੇ ਨਾ ਮੇਰੀ ਜ਼ਰੂਰਤ ਆ ਅਤੇ ਨਾ ਮੇਰੀ ਟੀਮ ਦੀ ਜ਼ਰੂਰਤ ਆ ਅਸੀਂ ਸਪੋਰਟ ਕਰ ਰਹੇ ਹਾਂ ਮੇਰੇ ਸੰਗਠਨ ਦੀ ਸਪੋਰਟ ਕਰ ਰਿਹਾ ਮੈਂ ਜਿੱਥੇ ਮੇਰੇ ਉਹ ਭਰਾ ਲੜ ਰਹੇ ਨੇ ਜਿਹੜੇ ਨੂੰ 10-10 ਸਾਲ ਹੋ ਗਏ ਲੜਾਈਆਂ ਲੜਦਿਆਂ ਨੂੰ ਅੱਜ ਉਹਨਾਂ ਨੂੰ ਮੇਰੀ ਜ਼ਰੂਰਤ ਆ ਟੀਮ ਨੂੰ ਕਹੋਗੇ ਵੋਟ ਪਾ ਦਿਓ ਸਿੱਧੂ ਮੂਸੇਵਾਲ ਨੂੰ ਕਿ ਤੁਸੀਂ ਨਹੀਂ ਇਕੱਲੇ ਨੇ ਪਾਉਣੀ ਨਹੀਂ ਮੈਂ ਨਹੀਂ ਪਾਉਣੀ ਟੀਮ ਮੈਂ ਕਿਸੇ ਨੂੰ ਦੇਖੋ ਨਾ ਮੈਂ ਉਹਦੇ ਹੱਕ 'ਚ ਹਾਂ ਵੀ ਉਹਨੂੰ ਵੋਟ ਪਾ ਦਿਓ ਠੀਕ ਹੈ ਵੀ ਜਾਓ ਵੋਟ ਪਾ ਦਿਓ ਮੈਂ ਨਹੀਂ ਕਹਿ ਸਕਦਾ ਨਾ ਮੈਂ ਕਿਸੇ ਨੂੰ ਇਹ ਕਹਾਂ ਵੀ ਉਹਦਾ ਵਿਰੋਧ ਕਰ ਦਿਉ ਨਾ ਮੈਂ ਇਹ ਕਹਾਂ ਮੈਂ ਬਸ ਇੱਕੋ ਹੀ ਵੀ ਭਾਈ ਜੋ ਦਿਲ ਕਰਦਾ ਉਹ ਕਰੋ ਤੁਸੀਂ ਆਪਣੇ ਮਨ ਦੀ ਕਰੋ ਮੇਰੇ ਵਿਚਾਰ ਨਹੀਂ ਮਿਲਦੇ ਠੀਕ ਹੈ ਮੇਰੇ ਤਾਂ ਐਲੀਗੇਸ਼ਨ ਇੱਦਾਂ ਦੇ ਲਾਏ ਨੇ ਜਿਹੜਾ ਮੈਂ ਤਾਂ ਛੱਡੋ ਕੋਈ ਵੀ ਜਾਗਦੇ ਜ਼ਮੀਰ ਵਾਲਾ ਜਿਹੜਾ ਮੈਂ ਕਹਿੰਦਾ ਅਸਲੀ ਮਾਂ ਦਾ ਪੁੱਤ ਆ ਕੋਈ ਵੀ ਆ ਉਹ ਜਿਹਨੇ ਮਾਂ ਦਾ ਦੁੱਧ ਪੀਤਾ ਗਾ ਉਹ ਜਿਹਦਾ ਜ਼ਮੀਰ ਜਾਗਦਾ ਉਹ ਆਪਣੇ ਆਪ ਨੂੰ ਬਰਬਾਦ ਹੋਣ ਤੋਂ ਬਾਅਦ ਫਿਰ ਵੀ ਸਰੈਂਡਰ ਕਰੇ ਅਤੇ ਮੈਂ ਤਾਂ ਉਹਨੂੰ ਇਨਸਾਨ ਹੀ ਨਹੀਂ ਸਮਝਦਾ ਮੈਂ ਤਾਂ ਕਹਿੰਦਾ ਵੀ ਉਹ ਬੰਦੇ ਹੀ ਨਹੀਂ ਠੀਕ ਹੈ ਸੋ ਉਹ ਛੱਡੋ ਤੁਸੀਂ ਗੱਲਾਂ ਹੁਣ ਇਹ ਸਵਾਲ ਦੁਬਾਰਾ ਨਾ ਕਰਿਓ ਠੀਕ ਹੈ ਕਿ ਉਹਦਾ ਸਾਥ ਦੇਣਾ ਜਾਂ ਨਹੀਂ ਦੇਣਾ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਤੀ ਮੇਰੇ ਵੱਲੋਂ ਵਿਰੋਧ ਸੀ ਵਿਰੋਧ ਹੈ ਅਤੇ ਵਿਰੋਧ ਰਹੂਗਾ ਅੱਛਾ ਜੇ ਸਿੱਧੂ ਮੂਸੇਵਾਲੇ ਚੱਲ ਕੇ ਤੁਹਾਡੇ ਕੋਲ ਆ ਜਾਂਦੇ ਨੇ ਹਾਂ ਫਿਰ ਸਪੋਰਟ ਕਰੋਗੇ ਮੇਰੇ ਕੋਲ ਆਉਂਦੇ ਨਹੀਂ ਆ ਗਏ ਫਿਰ ਠੀਕ ਹੈ ਨਹੀਂ ਬਾਈ ਜੀ ਉਹਨਾਂ ਨੂੰ ਪਤਾ ਗਾ ਨੇਚਰ ਦਾ ਪਤਾ ਹੁੰਦਾ ਹਰੇਕ ਨੂੰ ਜਿਵੇਂ ਮੈਨੂੰ ਜੇ ਉਹਨਾਂ ਨੇ MLA ਬਣਨਾ ਸੋਚਿਆ ਹੋਊਗਾ ਫਿਰ ਠੀਕ ਹੈ ਸੁਸ਼ਪਿੰਦਰ ਚਾਹ ਨੂੰ ਨਾਲ ਲੈ ਕੇ ਚੱਲਦੇ ਆ ਸ਼ਾਇਦ ਹੋਰ ਸਟਰੋਂਗ ਹੋ ਜਾਏ ਜੇ ਉਹ 2 ਮਹੀਨੇ ਪਹਿਲਾਂ ਹੀ ਆ ਜਾਂਦਾ ਜੁਆਇਨ ਕਰਨ ਤੋਂ ਪਹਿਲਾਂ ਹੀ ਆ ਜਾਂਦਾ ਵੀ ਅਸੀਂ ਬਾਈ ਜੁਆਇਨ ਕਰਨਾ ਯਾਰ ਕਰੀਏ ਜੇ ਨਾ ਕਰੀਏ ਸ਼ਾਇਦ ਮੈਂ ਕਹਿ ਦਿੰਦਾ ਕੋਈ ਗੱਲ ਨਹੀਂ ਬਾਈ ਤੂੰ ਜ਼ਿਲ੍ਹੇ ਦਾ ਮਾਣ ਵਧਾਇਆ ਤੂੰ ਤੇਰੇ ਨਾਲ ਆ ਜਦੋਂ ਇੱਕ ਹੈਂਕੜ ਵਾਜੀ ਇੱਕ ਹੰਕਾਰ ਇੱਕ ਤਾਕਤ ਦਿਖਾ ਕੇ ਕਿ ਆਮ ਘਰ ਦੇ ਨੌਜਵਾਨ ਨੂੰ ਅਸੀਂ ਐਂ ਠੋਕ ਸਕਦੇ ਹਾਂ ਇੱਕ ਤੇਰੇ ਸੁਪਨਿਆਂ ਦਾ ਕਤਲ ਅਸੀਂ ਐਂ ਕਰ ਸਕਦੇ ਹਾਂ ਅਤੇ ਅੱਜ ਉਹ ਆਉਂਦਾ ਗਾ ਅਤੇ ਫਿਰ ਯਾਰ ਉਹ ਜਿੱਤ ਕੇ ਦਿਖਾਵੇ ਨਾ ਸਵਾਤਾ ਤਾਂ ਜਸ਼ਪਿੰਦਰ ਦੀ ਕਿਉਂ ਜ਼ਰੂਰਤ ਫਿਰ ਤਾਂ ਇਟ ਮੀਨਜ਼ ਜਸ਼ਪਿੰਦਰ ਬਹੁਤ ਤਾਕਤਵਰ ਆ ਜੇ ਅੱਜ ਵੀ ਉਹ ਨਹੀਂ ਵੋਟ ਨਹੀਂ ਫਿਰ ਲੋਕ ਤਾਕਤਵਰ ਹੁੰਦੇ ਨੇ ਉਮੀਦਵਾਰ ਜਾਂਦੇ ਨੇ ਵੋਟਾਂ ਮੰਗਣ ਇੱਕ ਇੱਕ ਵੋਟ ਦੀ ਲੋੜ ਪੈਂਦੀ ਹੈ ਜੇ ਤੁਹਾਡੇ ਨਾਲ ਬੰਦੇ ਹੈਗੇ ਨੇ ਸੋਚਣਾ ਤਾਂ ਪਊਗਾ ਨਾ ਵੀ ਜਸ਼ਪਿੰਦਰ ਨਾਲ ਲੈ ਕੇ ਚੱਲਣਾ ਕਿ ਸਾਰੀ ਕਾਂਗਰਸ ਹੀ ਉਹਦੇ ਨਾਲ ਉਹਦੇ ਨਾਲ ਬੜਾ ਕੁਛ ਹੈਗਾ ਉਹ ਕਹਿੰਦਾ ਸਾਰੀ ਕਾਂਗਰਸ ਮੇਰੇ ਨਾਲ ਆ ਨਹੀਂ ਉਸ ਹਲਕੇ 'ਚ ਵੋਟਾਂ ਉੱਥੇ ਹੀ ਪੈਣੀਆਂ ਨੇ ਬਾਕੀ ਕਾਂਗਰਸ ਦੇ ਵੋਟਾਂ ਉੱਥੇ ਆ ਕੇ ਨਹੀਂ ਪਾਣੀਆਂ ਇਹ ਤਾਂ ਫਿਰ ਉਹਨੇ ਪਹਿਲਾਂ ਸੋਚਣਾ ਸੀ ਇਸ ਲੈਵਲ ਤੱਕ ਸਾਡੀ ਜਦੋਜਹਿਦ ਪਹੁੰਚੀ ਆ ਮੇਰੇ ਤਾਂ ਐਲੀਗੇਸ਼ਨ ਲਾਏ ਨੇ ਅਤੇ ਜੇ ਹੁਣ ਜਸ਼ਪਿੰਦਰ ਜਾਂਦਾ ਤਾਂ ਫਿਰ ਤਾਂ ਲੋਕ ਮੰਨ ਹੀ ਲੈਣਗੇ ਵੀ ਜਸ਼ਪਿੰਦਰ ਬਾਕੀ ਪਕਾਊ ਆ ਇਹ ਦੇਖੋ ਇੱਕ ਤਾਂ ਹੁਣ ਮੈਂ ਗੱਲ ਦੱਸਦਾ ਬੜੀ ਤਜਰਬੇ ਦੀ ਸਿਆਣੇ ਕਹਿੰਦੇ ਆ ਸਿਆਸਤ ਦੇ ਵਿੱਚ ਕੋਈ ਐਸਾ ਬਿਆਨ ਨਾ ਦਿਓ ਠੀਕ ਹੈ ਜਿਹੜਾ ਹਮੇਸ਼ਾ ਤੁਹਾਡੇ ਚੁਭਦਾ ਰਹੇ ਉਸ ਇਨਸਾਨ ਨੇ ਬਹੁਤ ਗਲਤ ਬਿਆਨਬਾਜ਼ੀ ਕਰਵਾਈ ਆ ਉਸ ਇਨਸਾਨ ਨੇ ਬੜੀ ਉਹਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਕਿ ਜਸ਼ਪਿੰਦਰ ਨਸ਼ੇ ਦਾ ਤਸਕਰ ਆ ਜਸ਼ਪਿੰਦਰ ਕਿੱਥੋਂ ਰੁਪਏ ਲੈ ਕੇ ਆਉਂਦਾ ਜਸ਼ਪਿੰਦਰ ਸਮਗਲਿੰਗ ਕਰਦਾ ਮਤਲਬ ਕਿ ਇੱਦਾਂ ਦੇ ਐਲੀਗੇਸ਼ਨ ਉਹਨੂੰ ਨਹੀਂ ਲਾਉਣੇ ਚਾਹੀਦੇ ਸੀਗੇ ਜੇ ਹੁਣ ਉਹਨੇ ਲਾਏ ਨੇ ਅਤੇ ਅੱਜ ਜਸ਼ਪਿੰਦਰ ਜਾਂਦਾ ਉਹਨੇ ਪੋਸਟਾਂ ਪਵਾਈਆਂ ਹੋਰ ਪੇਜਾਂ ਤੋਂ ਕਿਤੋਂ ਵਿਕ ਗਿਆ ਰੁਪਏ ਲੈ ਗਿਆ ਅਤੇ ਫਿਰ ਲੋਕ ਤਾਂ ਮੰਨਣਗੇ ਵੀ ਭਾਈ ਤਾਂ ਵਿਕ ਗਿਆ ਵਟਸਐਪ 'ਤੇ ਕੋਲ ਆਉਂਦੀਆਂ ਨੇ ਠੀਕ ਹੈ ਬੜੀਆਂ ਕਾਲਸ ਆਉਂਦੀਆਂ ਨੇ ਕਹਿੰਦੇ ਵਟਸਐਪ 'ਤੇ ਕੋਲ ਆਉਂਦੀਆਂ ਤਾਂ ਧਮਕੀਆਂ ਅਨਨੋਨ ਨੰਬਰਾਂ ਤੋਂ ਕਹਿੰਦੇ ਕੀ ਧਮਕੀ ਬਾਈ ਐਂ ਕਰਾਂ ਦਾਂਗੇ ਅਸੀਂ ਉਹ ਕਰ ਦਾਂਗੇ ਤੂੰ ਜੇ ਐਂ ਨਾ ਕਰਿਆ ਆਹ ਕਰ ਦਾਂਗੇ ਮਤਲਬ ਕਿ ਜਿੱਦਾਂ ਧਮਕੀ ਹੁੰਦੀ ਆ ਬਹੁਤ ਕੁਛ ਗੰਦੇ ਲਫ਼ਜ਼ ਬੋਲਦੇ ਨੇ ਬੜਾ ਬਲਗਰ ਸ਼ਬਦ ਬੋਲਦੇ ਨੇ ਅਤੇ ਮੈਂ ਇੱਕੋ ਗੱਲ ਕਹਿਣਾ ਹੁੰਦਾ ਮੈਂ ਕਿਹਾ ਬਾਈ ਜੀ ਤੁਸੀਂ ਉਹਨੂੰ ਜਿੱਤਿਆ ਆਓ ਟਿਕਟ ਦਾ ਦਿਵਾਲੀ ਮੇਰੇ 'ਤੇ ਹੁਣ ਵੇਸਟ ਨਾ ਕਰੋ ਐਨਰਜੀ ਹੁਣ ਉਹਨੂੰ ਜਿੱਤਿਆ ਕੇ ਲੈ ਕੇ ਆਓ ਮੇਰਾ ਕੰਮ ਤਾਂ ਇੱਥੇ ਤੱਕ ਹੀ ਸੀ ਮੈਂ ਆਪਣੀ ਲੜਾਈ ਲੜ ਰਿਹਾ ਸੀ ਹੁਣ ਨਹੀਂ ਮੇਰੇ ਮਿਹਨਤ ਪੱਲੀ ਪਈ ਮੈਂ ਹੁਣ ਉਹ ਭਰਾਵਾਂ ਲਈ ਲੜਾਈ ਲੜੂੰਗਾ ਹਮੇਸ਼ਾ ਲੜਦਾ ਰਹੂੰਗਾ ਜਿਹੜੇ ਯੂਜ਼ ਰਹੇ ਨੇ ਅੱਜ ਤੁਸੀਂ ਵਟਸਐਪ ਦੀ ਗੱਲ ਕਰਦੇ ਕੋਲ ਆਈਆਂ ਇੱਕ ਕੋਲ ਕਦੋਂ ਸ਼ੁਰੂ ਹੋਈਆਂ ਧਮਕੀ ਵਾਲੀਆਂ ਜੋ ਸਿੱਧੂ ਮੂਸੇ ਰੈਲੀ ਤੋਂ ਬਾਅਦ ਜੋ ਤੁਸੀਂ ਰੈਲੀ ਕੀਤੀ ਸੀ ਰੈਲੀ ਤੋਂ ਬਾਅਦ ਬਿੰਦਰ ਢਿੱਲੋਂ ਨੇ ਤੁਹਾਡੇ ਹੱਕ 'ਚ ਰੈਲੀ ਕੀਤੀ ਸੀ ਰੈਲੀ ਤੋਂ ਬਾਅਦ ਕਦਵਾ ਕੌਣ ਦੇ ਕੋਲਾਂ ਦੇਖੋ ਮੈਂ ਕਹਿ ਨਹੀਂ ਸਕਦਾ ਜਿੱਦਾਂ ਸਿੱਧੂ ਮੂਸੇਵਾਲ ਤਾਂ ਇੱਕ ਗੱਲ 'ਚ ਹੀ ਨਿਕਲ ਗਿਆ ਕਿ ਮੇਰੇ ਫੈਨ ਨੇ ਠੀਕ ਹੈ ਉਹਨਾਂ ਨੇ ਪੇਜ ਬਣੇ ਨੇ ਉਹ ਸ਼ਰਾਰਤੀ ਅੰਸਰ ਨੇ ਉਹਨੇ ਬਿਆਨ ਦਿੱਤਾ ਸੀ ਨਾ ਅਤੇ ਮੈਂ ਕਹਿਣਾ ਭਾਈ ਸਾਹਿਬ ਫੈਨ ਤਾਂ ਹੋਰ ਵੀ ਬੜਿਆਂ ਦੇ ਨੇ ਮਾਨ ਸਾਹਿਬ ਦੇ ਨੇ ਕਬੱਡੀ ਪਲੇਅਰਾਂ ਦੇ ਹੁੰਦੇ ਨੇ ਠੀਕ ਹੈ ਸਾਡੇ ਵੀ ਦੋਸਤ ਭਰਾ ਹੈਗੇ ਨੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਪਰ ਉਹ ਇੱਦਾਂ ਦੀ ਬਦਤਮੀਜ਼ੀ ਨਹੀਂ ਕਰਦੇ ਉਹ ਇੱਦਾਂ ਦੀ ਬਦਮਾਸ਼ੀ ਨਹੀਂ ਕਰਦੇ ਅਤੇ ਅਗਲੀ ਗੱਲ
जे फैन ने तो उन्होंने समझा लाइव होकर कह भी भाई आप गलत गल नहीं करनी आप किस दे करैक्टर से दाग नहीं लाना जे कोई गलत पेज चल रहे हैं तो बंद करावे एप्लीकेशन देखे अजक जब आप साइबर क्राइम से जाने तो की गल पता लग जाता भी कौन गलत है कौन सही है। एक मैं तुम होर दसना चाहना ये गल जरूर तुम दिखाओ सिद्धू मूसेवाले ने कहा कि छपिंदर मेरे डॉप मैं सवाल किया डॉप करवावे शायद तुहाडे ध्यान च आई होवे गल भी मैं डॉप करवाना करवावे उन्हें परसों चौथे कहा कि मैं इलैक्शन तो पहले जरूर तुहाडे सामने डॉप करवा के पेश करूँगा रिजल्ट वो मैं दसना चाहना कि लोग बड़े भाई साहब सियाने के समझदार ने तू वाश आउट करा के दस दिन च दस पंद्रह दिन माल पत्ता खाधे बिना फिर करवा के फिर उतरेगा वो नहीं लोड़ जिस दिन तेन मैं चैलेंज किया जे तू सही हों दो तीन दिन चाह के डॉप करा के दिखाऊंगा हूँ वो वाश आउट करा के प्रॉपर दस दिन वो पूरा अपने आप को भी ना यार कोई ऐसी चीज़ ना खाओ जी वो चाह जी कहो चीज़ ना खाओ हाँ वो कहो जी जी आँदी आ जी डॉप चाह सकते पता ठीक है वह बुद्धू बना रहा बहुत कुछ आता बहुत कुछ आता फिर वो खा रहा है नहीं करवा खा रहा है मेरे तो सवाल चक्कन तो पहले उन्हें सोचना सी मैं किहड़े बंदे ते किहड़े बंदे वल उंगली कर रहा ठीक है तो उन्हें पहले ही सोचना सीगा सो वो डॉप करवावे जिदन उन्होंने कहा दो दिन के चार दिन के हूँ एक ने नवा बहाना बनाया कि मैं छपिंदर के कहे तो क्यों डॉप करवाव जो मेरी मर्जी हो मैं करवाऊँ तेरी मर्जी नहीं तू बहुत ओवर क्लैवर बन रहा कि मैं वॉशआउट करवा के प्रॉपर फिर दस पंद्रह दिन समान बंद करके फिर करवाऊँगा भी लै भाई मेरी तो रिपोर्ट निल आ गई सो लोग सियाने ने समझते हैं बच्चे बच्चे नूं पता तुसी कह रहे हो भी तुहाडे कहण ते कराओ जे कल नूं तुहानूं कह देवे भी तुसी तुहाडे कहण ते ओह उहदे कहदे तुसी कराओ फिर हुण कर लो मेरा तां जदों जी करदा कर लिओ जिद्दन जी करिआ मैनूं तां रात नूं 12 बजे ठाके बुला लिओ भी काका आ जा तेरा डॉप करवाउणा मैं उहदी आजू भज्जे आऊँगा सो जिहड़ी चीज़ बंदा उहदे च हो सकदा उह चीज़ च मैं परफेक्ट हाँ मैनूं पता किहड़ी चीज़ां च मैं परफेक्ट हाँ ठीक है जिहड़ियां गल्लां ने लोगों लिए मैं टिकट मंग रहा लोग हित लिए लोगों से काम किया चलो नहीं पार्टी ने दिती मैं ये कोल होर सेवा करन दे बड़े रास्ते ने मैं जाऊँगा ढिल्लो साहब को उन्हां दी लड़ाई लड़ूंगा मेरा भरा वड्डा उन्हें मेरी लड़ी है लड़ाई मर्दां वाली लड़ाई लड़ी आ मेरा लाली वीर आ जटाणा वीर आ मेरा इन्ने मेरे यूथ वाले नूं टिकट मिल रही है एक मैं तुहाडे मैसेज देना चाहूँगा कि जिहड़े मेरे ते सिद्धू मूसेवाले ने मेरा हक खा लिया होर कई नामी बंदे हरजोत कमल का खा गए ठीक है वह कुड़ी है सोनू सूद की भैन पर उन्होंने देनी नहीं सी बनती सूद आप आते तो आप गल मान लेंगे ठीक है उदी की प्राप्ति है ना तो नाम आ ना कोई कम आ पर देती होरां जे यूथ के एक दो नौजवानों एडजस्ट करना तो मेरा कह सकता मैं जिवें लक्की है मुंडा सानेवाल तो बहुत मेहनत करी है उन्हें मेरे वांगू ने घर गालिया गा आम परिवार चो आ उस बंद बारे जरूर सोचे मेरे से तो मजबूरी सी वड्डा नाम सी एक भुलेखा सी भुलेखा सी कि पता नहीं सिद्धू की कर दू ठीक है पर लक्की होर का हक ना मारन उन्होंने जरूर देन जे छपिंदर वीर सैट नहीं हो तो दो चार साथी मेरे जरूर सैट कर जोड़ा सिद्धू का भुलेखा सी वह भी हूँ क्ड लेना कट्ठ करा लेना उतो हूँ उन्होंने लजाते क्यों नहीं लेके जा पता लग जाए किन्ने कि फेम उतो कंपेन करवा क्यों नहीं करवाते पता नहीं सा मानसा चो क्ढन मानसा तो वह नाम ही बहुत आ उ जित जूगा उन्होंने बहर लैके जा पंद्रह जेडे पंद्रह भी सीटा से तो कंपेन करा मानसा तो उन्होंने आखिर च लैके आना क्योंकि वह तो फेम आ ताकत जित जू उन्होंने मानसा लेने की जरूरत ही नहीं कंपेन है नहीं सिद्धू मूसेवाला लिस्ट है नहीं कंपेन वाली पाना चाहिए सी मैं क्या पाना चाहिए सी क्यों बचा कर रहे हैं वे क्यों ये गल्ला क्यों नहीं सोचते उन्होंने कंपेन इस तो वधिया कंपेन कौन कर सकता जिस बंदे दा एडा नाम आ पहचान उन्होंने तुसी कंपेन कमेटी क्यों नहीं पाया उन्होंने कंपेन लिस्ट क्यों नहीं पाया पाना चाहिए सी उन्होंने पंद्रह भी सीटा से कंपेन करवाओ सीटा जित के तुहानू देगा क्योंकि उहदी सीट तो जित्ती पई आ उह तां नाट ग्यारह कुछ भी कर सकता वह तो हमेशा विरोध तो बनया उहदे कोल तां ताकत बहुत आ ठीक है वह तो डांगा सुटिया नाल ही वध अगे वह तो कुछ भी कर सकता तो सारी गलबात सुनिए साडे नाल मौजूद सन छपिंदर वीर सिंह चहल सवाल एक बहुत ही वड्डा हो जाता जो किसी भी नौजवान की टिकट किसी होर दे दी जाए वह भी दो तीन महीने पहले कोई शख्स पार्टी ज्वाइन कर लैंदा हुण जिवें कह दें कि पार्टी नहीं छड़दे कांग्रेस पार्टी विच ही मौजूद ने पर सिद्धू मूसेवाले के हक विच भी प्रचार नहीं करनगे बाकी जिथे नौजवानों टिकटा मिलिया ने उत्थे जाके प्रचार करनगे हुण दूसरे पास चरणजीत सिंह चन्नी के भरा भी वह भी बागी सुर अख्तियार कर लिए उन्होंने वह भी बस्सी पठाना तो कह दें आजाद चोणां लड़ सकते हैं
हरजोत कमल की गल कर रही है, टिकट कट्टी जाती है, मलविका सूद टिकट दी जाती है, सोनू सूद की भैन को, वह भाजपा में चले जाते हैं। मलेर कोटले की गल करिए, सतिंदर बिट्टी का अगे नाम आता सी, हले उत्थे कोई भी मोहर नहीं लगी कि वाकई नौजवानों टिकटा दी जाएगियां। 86 उम्मीदवार की टिकट का ऐलान होया, बाकी हले पेंडिंग पईआं ने। तो सब तो वड्डा सवाल यही होगा, नौजवान सैलीब्रिटी कि वह लीडर जो 20-25 साल तो बनते आ रहे हैं, टिकटा उन्होंने मिलनगियां। जे मिलनगियां कि होर नौजवान विरोध मन करे कोई भी सियासी पार्टी के, सब तो अहम सवाल होगा।